ਅੱਗੇ ਸਮਝ ਚੱਲੋ ਨੰਦ ਲਾਲਾ
ਭਾਈ ਖੰਨਾ ਰਹਿਮਾਨਾਂ ਦੇ ਮਾਲਕ ਗਰੀਬ ਨਵਾਜ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾ ਚ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰਨ ਵਾਸਤੇ ਹਾਜ਼ਰ ਹੋਏ ਸਤਿਗੁਰੂ ਜੀ ਦੇ ਸੱਤ ਸੰਗੀ ਜਲੋ ਪਿਆਰ ਸਤਿਕਾਰ ਦੇ ਨਾਲ ਗੁਰਦੇਵ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਵਾ ਕੇ ਸਾਨੂੰ ਕੁਝ ਕਹਿਣ ਦੀ ਇਜਾਜ਼ਤ ਬਖਸ਼ਿਸ਼ ਕਰੋ। ਜਿੰਨੀਆਂ ਵੀ ਰੂਹਾਂ ਗੁਰੂ ਕੀ ਪਵਿੱਤਰ ਬਾਰਗਾਹ ਦੇ ਅੰਦਰ ਹਾਜ਼ਰ ਨੇ ਸਰਬੱਤ ਮਾਈ ਭਾਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਸੁਰ ਜੋੜ ਕੇ ਦਿਲ ਦੀ ਗਹਿਰਾਈ ਤੋਂ ਉਚਾਰਨ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਬੜੇ ਚੰਗੇ ਭਾਗ ਹੋਣ ਤੇ ਫਿਰ ਉਹਨਾਂ ਨੂੰ ਗੁਰੂ ਕੀ ਸੰਗਤ ਵਿੱਚ ਪਾਉਣ ਦਾ ਸਵਾਗ ਪ੍ਰਾਪਤ ਹੋਣ। ਜਦੋਂ ਸੰਗਤ ਜੀ ਜਦੋਂ ਜੀਵ ਸੰਗਤ ਵਿੱਚ ਆਉਂਦਾ ਹੈ ਜੀਵ ਦੀ ਆਤਮਾ ਪਵਿੱਤਰ ਹੁੰਦੀ ਹੈ, ਸਰੀਰ ਪਵਿੱਤਰ ਹੁੰਦਾ ਔਰ ਹਾਜ਼ਰੀ ਗੁਰੂ ਕੇ ਚਰਨਾਂ ਤੇ ਲੱਗ ਜਾਂਦੀ। ਅੱਜ ਟੈਕਨੋਲੋਜੀ ਦਾ ਯੁੱਗ ਹੈ, ਸਮੇਂ ਦੀ ਰਫ਼ਤਾਰ ਬੜੀ ਕਾਹਲੀ ਨਾਲ ਅੱਗੇ ਨੂੰ ਵੱਧ ਰਹੀ ਹੈ। ਜਿਵੇਂ ਸੰਸਾਰ ਦੇ ਕੰਮ ਕਰਦਿਆਂ ਕਰਦਿਆਂ ਮਨੁੱਖ ਦੇ ਕੱਪੜੇ ਵੈਲੇ ਹੋ ਜਾਂਦੇ ਨੇ, ਇਸੇ ਤਰ੍ਹਾਂ ਮਨੁੱਖਾ ਜੀਵਨ ਜਿਉਂਦਿਆਂ ਜਿਉਂਦਿਆਂ ਮਨੁੱਖ ਦੀ ਆਪਣੀ ਆਤਮਾ ਜਿਹੜੀ ਆ ਉਹ ਵੀ ਵੈਲੀ ਹੋ ਜਾਂਦੀ। ਜਿਹੜੇ ਕੱਪੜੇ ਨੇ ਉਹਨਾਂ ਨੂੰ ਅਸੀਂ ਸਾਬਣ ਨਾਲ ਸਾਫ਼ ਕਰਦੇ ਹਾਂ, ਸਾਫ਼ ਕੈਮੀਕਲ ਨਾਲ ਸਾਫ਼ ਕਰਦੇ ਹਾਂ, ਵਰਨਾ ਜੇ ਜੀਵ ਦੀ ਆਪਣੀ ਆਤਮਾ ਵੈਲੀ ਹੋ ਜਾਏ ਉਹ ਸਾਬਣ ਨਾਲ ਨਹੀਂ ਸਾਫ਼ ਹੋ ਸਕਦੀ, ਉਹ ਸਰਫ ਨਾਲ ਨਹੀਂ ਸਾਫ਼ ਹੋ ਸਕਦੀ, ਨਾ ਉਹ ਕਿਸੇ ਦੁਨੀਆਂ ਦੇ ਕੈਮੀਕਲ ਨਾਲ ਹੀ ਸਾਫ਼ ਹੋ ਸਕਦੀ ਹੈ। ਜੇ ਮਨੁੱਖ ਦੀ ਆਤਮਾ ਨੂੰ ਸਾਫ਼ ਰੱਖਣ ਦੀ ਸਮਰੱਥਾ ਰੱਖਦੀ ਹੈ ਉਹ ਹੈ ਗੁਰੂ ਦੀ ਬਾਣੀ, ਉਹ ਹੈ ਗੁਰੂ ਦਾ ਦਰਬਾਰ, ਉਹ ਹੈ ਗੁਰੂ ਦੀ ਸੇਵਾ। ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਵਚਨ ਨੇ ਭਰਿਆ ਮਤ ਪਾਪਾਂ ਕੈ ਸੰਗ, ਉਹ ਧੋਖਾ ਨਾਨਾ ਕੈ ਰੰਗ। ਆਪ ਆਪਣੇ ਹਿਰਦਿਆਂ ਨੂੰ ਪਵਿੱਤਰ ਬਣਾਉਣ ਵਾਸਤੇ ਗੁਰੂ ਦੇ ਚਰਨਾਂ ਜਾਏ, ਸਤਿਗੁਰੂ ਹਾਜ਼ਰੀ ਆਪਣੇ ਚਰਨਾਂ ਚ ਦਰ ਪ੍ਰਵਾਨ ਕਰ, ਆਪਣੇ ਘਰੋਂ ਘਰੋਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਦੀ ਝੋਲੀ ਭਰ। ਸਾਡੇ ਤੋਂ ਪਹਿਲਾਂ ਆਪ ਜੀ ਨੂੰ ਗੁਰੂ ਕੇ ਹਜ਼ੂਰੀ ਰਾਜ ਸਿੰਘ ਸਨਮਾਨ ਇਲਾਹੀ ਬਾਣੀ ਦੇ ਕੀਰਤਨ ਨਾਲ ਜੋੜ ਰਹੇ ਸਨ। ਮੈਂ ਧੰਨਵਾਦ ਕਰਦਾ ਹਾਂ ਸਤਿਗੁਰੂ, ਇਸੇ ਤਰ੍ਹਾਂ ਕਿਰਪਾ ਕਰ ਲਓ ਕੀਰਤਨ ਦੇ ਰਾਹੀਂ ਪੱਗ ਸੇਵਾ ਕਰਕੇ ਗੁਰੂ ਦੇ ਘਰ ਦੀ ਖੁਸ਼ੀ ਪ੍ਰਾਪਤ ਕਰਦੇ ਰਹੇ। ਆਪਣੀ ਪਰਿਵਾਰ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ ਸਾਹਿਬਾਨਾਂ ਦੀ ਸੇਵਾ ਲਈ ਗਏ ਸ਼ਹੀਦਾਂ ਦੇ ਸੰਪੂਰਨ ਭੋਗ ਪਾਏ ਗਏ ਨੇ। ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਦਸਾਂ ਉਹਨਾਂ ਦੀ ਕਿਰਤ ਨੂੰ ਸਫਲਾ ਕਰਦੇ ਹੋਏ ਪਹਿਨਾਵਾ ਗੁਰੂ ਦੇ ਚਰਨਾਂ 'ਚ ਅਰਪਣ ਕੀਤੀਆਂ ਗਈਆਂ। ਸਤਿਗੁਰੂ ਹਰੇਕ ਮਾਈ ਭਾਈ ਦੀ ਟੇਗਾ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਬਦਲੇ ਰਹਿਣ, ਕੋਸ਼ਿਸ਼ ਕਰਕੇ ਚੋਣੀ ਪਾਉਣ। ਸਾਨੂੰ ਬਹੁਤ ਸਾਰੇ ਵੀਰਾਂ ਨੂੰ ਔਰ ਗੁਰੂ ਦੀ ਸੰਗਤ ਨੂੰ ਹੁਕਮ ਹੈ ਸਿੱਖ ਜੱਗਾਂ ਦੇ ਮਹਾਨ ਜਰਨੈਲ ਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਹੋਰਾਂ ਦੀ ਸ਼ਹੀਦੀ ਅਮਰ ਕਥਾ ਤੁਹਾਡੇ ਨਾਲ ਸਾਂਝੀ ਕਰ ਸਕਦੇ। ਬਾਬਾ ਦੀਪ ਸਿੰਘ ਸਾਹਿਬ ਹੋਰਾਂ ਦੀ ਸ਼ਹੀਦੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਕਰਨੀ ਚਾਹੁੰਦਾ ਭਈ ਜਿੱਡੀ ਵੱਡੀ ਉਸ ਮਹਾਨ ਯੋਧੇ ਦੀ ਕੁਰਬਾਨੀ ਹੈ ਉਹਨੂੰ ਕਹਿਣ ਤੇ ਸੁਣ ਵਾਸਤੇ ਇੱਕ ਨਹੀਂ ਹਜ਼ਾਰਾਂ ਜ਼ਿੰਦਗੀਆਂ ਦਾ ਸਮਾਂ ਚਾਹੀਦਾ। ਜਿੰਨੀ ਵੱਡੀ ਕੁਰਬਾਨੀ ਬਾਬਾ ਦੀਪ ਸਿੰਘ ਸਾਹਿਬ ਦੀ ਹੋਰਾਨੀ ਦੁਨੀਆਂ ਦੇ ਇਤਿਹਾਸ ਨੂੰ ਪੜ੍ਹ ਕੇ ਵਾਧਿਆ ਜਾਵੇ ਤੇ ਸ਼ਾਇਦ ਤੇ ਪਹਿਲਾ ਸ਼ਖਸ ਹੋਵੇਗਾ ਜਿਹਨੇ ਇੰਨੇ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਕੀਤੇ। ਇਹਨੇ ਵਾਰ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਜੋੜਨ ਵਾਲੀਆਂ ਦੋ ਜਮਈ ਸੜਕਾਂ ਨੇ ਇੱਕ ਵਾਇਆ ਤਰਨ ਤਾਰਨ ਪੱਟੀ ਹੋ ਕੇ ਲਾਹੌਰ ਨੂੰ ਜੋੜਦੀ ਹੈ ਔਰ ਇੱਕ ਅਕਾਲੀ ਬਾਦਲ ਦੇ ਰਾਹੀਂ ਸਿੱਧੀ ਸੜਕ ਲਾਹੌਰ ਨੂੰ ਜੋੜਦੀ।
ਜੇ ਇਹਨਾਂ ਦੋਵਾਂ ਸੜਕਾਂ ਦਾ ਇਤਿਹਾਸ ਖਾਲਸਾ ਪੰਥ ਦੇ ਇਤਿਹਾਸ ਵਿੱਚੋਂ ਕੱਟ ਦਿੱਤਾ ਜਾਵੇ, ਨਾ ਸਿੱਖਾਂ ਦਾ ਇਤਿਹਾਸ ਪੂਰਾ ਹੋ ਸਕਦਾ ਹੈ ਤੇ ਨਾ ਸਿੱਖਾਂ ਦੀ ਅਰਦਾਸ ਹੀ ਪੂਰੀ ਹੋ ਸਕਦੀ। ਲਾਹੌਰ ਦੀਆਂ ਕੰਧਾਂ ਦੇ ਪਰਛਾਵੇ ਵਸਿਆ ਉਹ ਇਤਿਹਾਸਕ ਨਗਰ ਪਹੁੰਚ ਜਿਹੜਾ ਭਿੱਖੀ ਵਿੰਡ ਦੇ ਬਿਲਕੁਲ ਗੁੱਠ ਵਿੱਚ ਹੈ। ਉਸ ਭਿੱਖੀ ਵਿੰਡ ਨਗਰ ਵਿੱਚ 1682 ਈਸਵੀ ਨੂੰ ਭਾਈ ਭਗਤੂ ਤੇ ਮਾਤਾ ਜਿਉਣ ਕੌਰ ਦੀ ਕੁੱਖ ਵਿੱਚੋਂ ਇਸ ਮਹਾਨ ਯੋਧੇ ਦਾ ਜਨਮ ਹੋਇਆ ਜਿਹਦਾ ਨਾਮ ਦੀਪ ਰੱਖਿਆ। ਦੀਪ ਦਾ ਅਰਥ ਹੈ ਪ੍ਰਕਾਸ਼, ਰੋਸ਼ਨੀ, ਲਾਈਟ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਲਾਏ। ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਨੇ ਦਿਲ ਅੰਦਰ ਐਸਾ ਚਾਹੋ ਸੀ ਕਿ ਸਤਿਗੁਰੂ ਉਹਨਾਂ ਨੂੰ ਇੱਕ ਐਸਾ ਦੀਪ ਬਖਸ਼ੇ ਜਿਹੜਾ ਉਹਨਾਂ ਦਾ ਨਾਮ ਦੁਨੀਆਂ ਦੇ ਇਤਿਹਾਸ ਅੰਦਰ ਰੋਸ਼ਨ ਕਰ ਸਕੇ। ਦੀਪ ਦੀ ਉਮਰ ਵਿੱਚ ਉਸ ਵੇਲੇ ਤਬਦੀਲੀ ਆਈ ਜਦੋਂ ਉਹ 1697 ਸਾਲ ਵਿੱਚ ਪੈਰ ਰੱਖ ਰਿਹਾ। ਜਦੋਂ 1699 ਨੂੰ ਖਾਲਸਾ ਪੰਥ ਸਾਧਿਆ ਗਿਆ, ਦੁਨੀਆਂ ਦੇ ਕੋਨੇ ਕੋਨੇ ਅੰਦਰ ਕਰਕਾ ਫੈਲ ਗਈ ਕਿ ਪੰਜ ਬੰਦੇ ਸ਼ਹਿਰ ਇਕਦਾਰ ਵੱਧ ਕੇ ਗੁਰੂ ਗੋਬਿੰਦ ਸਿੰਘ ਨੇ ਨਵੇਂ ਸਿਰੇ ਜੋਗਾ ਕੀਤੇ ਨੇ ਉਹਨਾਂ ਦੀ ਹਕੀਕਤ ਕਾਜੀ ਅਬਦੁਲ ਪੁਰਾਣੀ ਆਪਣੀ ਰਿਪੋਰਟ ਅੰਦਰ ਲਿਖਦਾ, ਜਿਹੜੀ ਉਹਨੇ ਬਾਦਸ਼ਾਹ ਔਰੰਗਜ਼ੇਬ ਨੂੰ ਕੀਤਾ, ਜਿਹੜੀ ਉਹਨੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਹਾਲ। ਇਸ ਤੋਂ ਬਾਅਦ ਸੰਗਤਾਂ ਵਹੀਲਾ ਕੱਟ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜਣੀਆਂ ਸ਼ੁਰੂ ਹੋਈਆਂ। ਉਹਨਾਂ ਨੇ ਖੰਡੇ ਮਾਤੇ ਦੀ ਦਾਤ ਲੈਣੀ ਸ਼ੁਰੂ ਕਰ ਦਿੱਤੀ। ਬਾਬਾ ਦੀਪ ਸਿੰਘ ਤੇ ਬਾਬਾ ਲੋਹ ਸਿੰਘ ਸਾਹਿਬ ਜਿਨ੍ਹਾਂ ਨੇ ਇੱਕੇ ਦਿਨ ਅੰਮ੍ਰਿਤ ਛਕਿਆ, ਇੱਕੇ ਦਿਨ ਜਾਮੇ ਸ਼ਹਾਦਤ ਕੀਤਾ, ਇਹਨਾਂ ਨੇ ਗੁਰੂ ਗਰਮੀ ਵਾਲੇ ਪਾਤਸ਼ਾਹ ਕੋਲੋਂ ਅਮਰ ਦੀ ਦਾਤ ਪ੍ਰਾਪਤ ਕੀਤੀ ਸੀ। ਇੱਕ ਦਿਨ ਬਾਬਾ ਦੀਪ ਸਿੰਘ ਨਗਰ ਦੇ ਭਾਂਡੇ ਮੰਗਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਨਗਰ ਖਲੋਤੇ ਨੇ। ਬੜੇ ਪਿਆਰ ਵਾਲੇ ਬਾਟਾ ਰਗ ਰਣ ਕੇ ਮੰਦੀ ਜਾ ਰਿਹਾ ਸੀ। ਸਤਿਗੁਰੂ ਨੇ ਉਹ ਜਿਹੜਾ ਨੂੰ ਹਲਾ ਕੇ ਕਹਿੰਦੇ ਕਿ ਵੀਰ ਸਿੰਘਾਂ ਬਾਟਾ ਸਾਫ਼ ਹੋ ਚੁੱਕਾ ਹੈ, ਰਹਿਣ ਦੇ ਨਾਮ ਹਨ। ਕਹਿੰਦਾ ਜੀ ਅਜੇ ਇਹ ਬਾਟਾ ਸਾਫ਼ ਨਹੀਂ। ਸਤਿਗੁਰੂ ਕਹਿੰਦੇ ਮੈਨੂੰ ਇਸ ਬਾਟੇ ਦੇ ਵਿੱਚੋਂ ਤੇਰਾ ਮੂੰਹ ਲੱਭਦਾ? ਕਹਿੰਦਾ ਜੀ ਹਾਂ, ਤੇਰਾ ਮੂੰਹ ਲੱਭਦਾ ਹੈ। ਗੁਰਦੇਵ ਕਹਿੰਦੇ ਜਦੋਂ ਬਰਤਨ ਵਿੱਚੋਂ ਮੂੰਹ ਲੱਭਣਾ ਸ਼ੁਰੂ ਹੋ ਗਿਆ, ਇਹਦਾ ਮਤਲਬ ਹੈ ਕਿ ਬਰਤਨ ਸਾਫ਼ ਹੋ ਚੁੱਕਾ ਹੈ। ਗੁਰਦੇਵ ਦੇ ਚਰਨਾਂ ਦੇ ਮੱਥਾ ਟੇਕ ਕੇ ਜਗਦੀਪ ਕਹਿਣਾ ਜਾ ਸਕੇ, ਪਾਤਸ਼ਾਹ ਮੇਰੀ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਤੇ ਮੈਨੂੰ ਇਸ ਬਾਟੇ ਦੇ ਵਿੱਚੋਂ ਮੇਰਾ ਮੂੰਹ ਲੱਭ ਰਿਹਾ। ਜਦੋਂ ਮੇਰੇ ਮੂੰਹ ਦੀ ਜਗ੍ਹਾ ਤੁਹਾਡਾ ਪਵਿੱਤਰ ਮਖਾਰ ਬਿੰਦ ਜਿਹਦੇ ਵਿੱਚ ਵਧੇਗਾ ਤੇ ਮੈਂ ਸਮਝਾਂਗਾ ਵੀ ਇਹ ਬਾਟਾ ਸਾਫ਼ ਹੋ ਚੁੱਕਾ ਹੈ। ਆਖੋ ਸਭ ਨਾਲ ਸਤਿਗੁਰੂ ਨੇ ਸ਼ਾਤੀ ਨਾਲ ਮਾਰਿਆ। ਬਹੁਤ ਸਾਰੇ ਵਾਰ ਇਹਨੇ ਕਰਮੀ ਵਾਲੇ ਪਾਤਸ਼ਾਹ ਕੋਲੋਂ ਹਾਸਲ ਕੀਤੇ ਔਰ ਆਖਰੀ ਵਾਰ ਸਤਿਗੁਰੂ ਇਹਨੂੰ ਵਾਰ ਦੇਣ ਲੱਗੇ ਨੇ। ਮਹਾਰਾਜ ਦੇ ਸਾਹਮਣੇ ਖੜਾ ਹੈ ਦੀਪ ਸਿੰਘ। ਸਤਿਗੁਰੂ ਕਹਿੰਦੇ ਵੀ ਤੇਰੀ ਸੇਵਾ ਗੁਰੂ ਨਾਨਕ ਦੇ ਚਰਨਾਂ ਵਿੱਚ ਪ੍ਰਵਾਨ ਹੈ, ਮੰਗਣਾ ਹੈ, ਗੁਰੂ ਮੰਗਣਾ ਹੈ, ਜੋ ਮੰਗੇਗਾ ਗੁਰੂ ਨਾਨਕ ਦੇ ਚਰਨਾਂ ਨੂੰ ਪ੍ਰਾਪਤ ਹੋਵੇਗਾ। ਇਹਨੇ ਹਜ਼ੂਰ ਦੇ ਚਰਨਾਂ ਦੇ ਮੱਥਾ ਟੇਕ ਕੇ ਆਖਿਆ, ਸੱਜੇ ਪਾਤਸ਼ਾਹ ਜੇ ਉੱਥੇ ਉਹਨਾਂ ਮੇਰੀ ਸੇਵਾ ਦੇ ਤੇ ਮੈਨੂੰ ਐਸਾ ਵਾਰ ਬਖਸ਼ਿਸ਼ ਕਰੋ ਭਾਈ ਮੇਰੇ ਆਖਰੀ ਪ੍ਰਾਣ ਜਿਹੜੇ ਨੇ ਉਹ ਦੇਸ਼ ਦੇ ਧਰਮ ਦੀ ਸੇਵਾ ਕਰਨੇ ਆ, ਧਰਮ ਯੁੱਧ ਵਿੱਚ ਨਿਕਲਣੇ ਚਾਹੀਦੇ। ਜਾ ਕੇ ਆਖੋ ਸਾਤ ਲਾਲ ਜੀ
ਸਤਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਵਾਰ ਲੈਣ ਵਾਲਾ ਇਹ ਮਹਾਨ ਯੋਧਾ ਜਦੋਂ ਸਤਿਗੁਰੂ ਦੱਖਣ ਨੂੰ ਤੁਰ ਲੱਗੇ ਤੇ ਇਹਦੀ ਡਿਊਟੀ ਦਮਦਮਾ ਸਾਹਿਬ ਦੀ ਧਰਤੀ ਤੇ ਲਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਤੇ ਨੇ ਮੋਢੇ ਨਾਲ ਮੋਢਾ ਜੋੜ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਔਰ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਵਾਪਸ ਇਹਦੇ ਦਮਦਮਾ ਸਾਹਿਬ ਦੀ ਧਰਤੀ ਤੇ ਚਲੇ ਗਿਆ। ਸਮਾਂ ਲੰਘਦਾ ਗਿਆ। ਇਧਰ ਮਾਦੁਰ ਸ਼ਾਹ ਦੁਰਾਨੀ ਦਿੱਲੀ ਲੁੱਟ ਕੇ ਲਾਹੌਰ ਹੋਇਆ ਜਾ ਰਿਹਾ ਸੀ, ਖਾਲਸੇ ਦੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਹਦੀ ਲੁੱਟ ਦੇ ਮਾਲ ਢੋਈ ਸਾਹਿਬ ਲਾਉਣਾ ਤੇ ਜਿਹੜੇ ਜਨਮਾਂ 'ਚ ਜਾ ਕੇ ਟਾਈਮ ਪਾਸ ਕਰਨਾ। ਦਿੱਲੀ ਤੋਂ ਲਾਹੌਰ ਜਾਂਦਿਆਂ ਤੱਕ ਮਾਦੁਰ ਸ਼ਾਹ ਦੁਰਾਨੀ ਦਾ ਵਾਹਵਾ ਹੀ ਭਾਰ ਖਾਲਸਾ ਪੰਥ ਨੇ ਹੋਇਆ ਕੰਮ। ਜਦੋਂ ਇਹ ਲਾਹੌਰ ਪੁੱਜਿਆ ਉਹਨੇ ਲਾਹੌਰ ਦੇ ਜਨਰਲ ਅਬਦੁਲ ਸਮੂਦ ਖਾਨ ਨੂੰ ਪੁੱਛਿਆ, ਅਬਦੁਲ ਇਹ ਕਿਹੜੀ ਕੌਮ ਹੈ ਜਿਹਨਾਂ ਨੇ ਮੈਨੂੰ ਲੁੱਟਿਆ ਮਨਾਰਿਆ ਤੇ ਨਾਲ ਨੁਕਸਾਨ ਕੀਤਾ? ਇਹ ਕੌਮ ਇਹ ਰਹਿੰਦੇ ਕਿੱਥੇ ਨੇ? ਇਹਨਾਂ ਦਾ ਆਗੂ ਕੌਣ ਹੈ? ਇਹਨਾਂ ਦਾ ਸੁਭਾਅ ਕਿਹੋ ਜਿਹਾ? ਉਹ ਚਾਹੁੰਦੇ ਕੀ? ਅਬਦੁਲ ਸਮੂਦ ਖਾਨ ਕਹਿਣ ਲੱਗਾ, ਇਹਨਾਂ ਦਾ ਵੱਡਾ ਪੀਰ ਹੋਇਆ ਗੁਰੂ ਨਾਨਕ ਦੇਵ ਵਾਲਾ, ਇਹਨਾਂ ਦੇ ਪੰਜਵੇਂ ਪੀਰ ਨੂੰ ਕੀ ਮਈ 1606 ਨੂੰ ਲਾਹੌਰ ਕੀਤਾ ਗਿਆ, ਇਹਨਾਂ ਦੇ ਨੌਵੇਂ ਪੀਰ ਨੂੰ 1675 ਵਿੱਚ ਸ਼ਹੀਦ ਕੀਤਾ ਗਿਆ, ਇਹਨਾਂ ਦੇ ਦਸਵੇਂ ਪੀਰ ਦੇ ਦੋ ਬੱਚੇ ਚੌਕਾਂ ਤੇ ਦੋ ਸ਼ਹੀਦ ਦੀਆਂ ਨੀਹਾਂ ਕਰਕੇ ਸ਼ਹੀਦ ਕੀਤੇ ਗਏ ਨੇ, ਇਹਨਾਂ ਦਾ ਬੰਦ ਬੰਦ ਕੱਟਿਆ ਗਿਆ, ਇਹਨਾਂ ਨੂੰ ਚਰਖੜੀ ਤੇ ਚੜਾਇਆ ਗਿਆ, ਪਰ ਇਹ ਫਿਰ ਵੀ ਕਹਿੰਦੇ ਨੇ ਰਾਜ ਕਰੇ ਨਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲੇ ਇਹ ਬੱਚੇ ਸ਼ਰਮਿੰਦ ਹੋਏ। ਨਾਦਰ ਸ਼ਾਹ ਦੁਰਾਨੀ ਕਹਿੰਦਾ ਵੀ ਇਹ ਖਾਂਦੇ ਕੀ ਨੇ ਤੇ ਰਹਿੰਦੇ ਕਿੱਥੇ ਨੇ? ਕਹਿ ਲੱਗਾ ਖਾਂਦੇ ਨੇ ਦਰਖਤਾਂ ਦੇ ਪੱਤੇ ਗਾਜਰ ਮੂਲੀਆਂ ਔਰ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ। ਨਾਦਰ ਸ਼ਾਹ ਦੁਰਾਨੀ ਨੇ ਆਖਿਆ ਚਾਹੁੰਦੇ ਕੀ ਨੇ? ਉਹਨੇ ਆਖਿਆ ਇਹ ਚਾਹੁੰਦੇ ਨੇ ਭਈ ਸਾਡਾ ਰਾਜ ਸੁਤੰਤਰ ਹੋਣਾ ਚਾਹੀਦਾ, ਸਾਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ, ਸਾਡੇ ਦੇਸ਼ ਵੱਲ ਹੰਕਾਰੀ ਲੋਕ ਜਿਹੜੇ ਨੇ ਰਹਿਣੇ ਨਹੀਂ ਚਾਹੀਦੇ। ਦੂਜਿਆਂ ਨੂੰ ਕੱਚੇ ਪਿੱਲੇ ਦਾਰੂ ਕਸੂਰ ਕਰਾਸੀ ਦਾ ਮਾਲ ਕਹਿੰਦੇ ਨੇ ਤੇ ਆਪਣੇ ਆਪ ਨੂੰ ਸ੍ਰੀ ਵਾਹਿਗੁਰੂ ਦਾ ਖਾਲਸਾ ਸਨ। ਨਾਦਰ ਸ਼ਾਹ ਦੁਰਾਨੀ ਨੇ ਜਦੋਂ ਇਹ ਸੁਣਿਆ ਉਹਨੇ ਆਖਿਆ ਅਬਦੁਲ ਸਮੂਦ ਖਾਨ ਉਹ ਦਿਨ ਦੂਰ ਨਹੀਂ ਜਦੋਂ ਇਹ ਪੰਜਾਬ ਦੀ ਧਰਤੀ ਤੇ ਰਾਜ ਕਰਨਗੇ। ਜਦੋਂ ਇਹ ਗੱਲ ਸੁਣੀ ਅਬਦੁਲ ਸਮੂਦ ਖਾਨ ਨੇ ਉਹਨੂੰ ਅੱਗ ਲੱਗ ਉੱਠੀ। ਉਹਨੇ ਆਖਿਆ ਸਾਡੇ ਰਾਜ ਅੰਦਰ ਇਹਦੀ ਵੱਡੀ ਸ਼ਕਤੀ ਦੇ ਮਾਲਕ ਬਣਗੇ, ਮੈਂ ਇਹਨਾਂ ਦਾ ਬੁਰਾ ਗੁਰੂ ਮੁਕਾ ਦਿਆਂਗਾ। ਨਾਦਰ ਸ਼ਾਹ ਦੁਰਾਨੀ ਇਹਨਾਂ ਕੋਲ ਇੱਕ ਵੱਡੀ ਸ਼ਕਤੀ ਹੈ, ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਜਖਮੀ ਹੋਇਆ ਸੀ। ਜਦੋਂ ਸਰੋਵਰ ਵਿੱਚ ਇਸ਼ਨਾਨ ਕਰ ਲੈਂਦਾ ਜੋ ਨੌਵਾਂ ਬਣ ਹੋ ਜਾਂਦਾ, ਨਾਦਰ ਸ਼ਾਹ ਦੁਰਾਨੀ ਨੇ ਆਖਿਆ ਮੈਨੂੰ ਧਾਰਨਾ ਚਾਹੀਦਾ, ਸਰੋਵਰ ਨੂੰ ਪੂਰ ਦੇਣਾ ਚਾਹੀਦਾ। ਇਹ ਗੱਲ ਕਹਿ ਕੇ ਨਾਦਰ ਸ਼ਾਹ ਦੁਰਾਨੀ ਵਾਪਸ ਆਪਣੇ ਗੁਰਦੁਆਰੇ ਨੂੰ ਚਲਿਆ ਗਿਆ। ਬਸ ਫਿਰ ਵੀ ਸੀ ਖਾਲਸਾ ਪੰਥ ਉੱਤੇ ਇੱਕ ਜੁਰਮ ਦੀ ਹਨੇਰੀ ਚੜਾ ਦਿੱਤੀ ਗਈ। ਖਾਲਸਾ ਪੰਥ ਪੰਜਾਬ ਦੀ ਧਰਤੀ ਨੂੰ ਛੱਡ ਕੇ ਵੱਖ ਵੱਖ ਬਾਹਰ ਦੇ ਸੂਬਿਆਂ 'ਚ ਜਾ ਵਸਿਆ ਔਰ ਜਦੋਂ ਪੰਜਾਬ ਖਾਲੀ ਹੋ ਗਿਆ ਇਹਨਾਂ ਚੌਧਰੀਆਂ ਨੇ ਮਨਮਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਬਦਾਲੀ ਦੇ ਹੁਕਮਾਂ ਤੋਂ ਵੱਡਾ ਫੌਜੀ ਦਸਤਾ ਦੇ ਕੇ ਬਖਸ਼ੀ ਜਹਾਨ ਖਾਨ ਨੂੰ ਦਰਬਾਰ ਸਾਹਿਬ ਇਹ ਕਹਿ ਕੇ ਭੇਜਿਆ ਗਿਆ ਕਿ ਤੂੰ ਦਰਬਾਰ ਸਾਹਿਬ ਦਾ ਨਾਮੋ ਨਿਸ਼ਾਨ ਮਟਾਉਣਾ ਹੈ। ਇਧਰ ਬਾਬਾ ਦੀਪ ਸਿੰਘ ਸਾਹਿਬ ਦੀ ਦਮਦਮਾ ਸਾਹਿਬ ਦੀ ਧਰਤੀ ਤੇ ਬਾਣੀ ਦੀਆਂ ਪੋਥੀਆਂ ਲਿਖ ਰਹੇ ਸਰੇਬ ਸਿੰਘ ਨੇ ਫਤਿਹ ਪਾ ਕੇ ਜਾ ਕੇ ਆਖਿਆ ਬਾਬਾ ਜੀ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ। ਬੁੱਢੇ ਜਰਨੈਲ ਬਾਬਾ ਦੀਪ ਸਿੰਘ ਸਾਹਿਬ ਨੇ ਕਲਮ ਥੱਲੇ ਰੱਖ ਦਿੱਤੀ ਤੇ ਕਹਿੰਦੇ ਸਿੰਘਾਂ ਜਰਾ ਨੇੜੇ ਹੋ। ਸਿੰਘ ਕਹਿੰਦਾ ਜੀ ਕਿਉਂ? ਬਾਬਾ ਦੀਪ ਸਿੰਘ ਜੀ ਕਹਿ ਲੱਗੇ ਤੂੰ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ, ਮੈਂ ਤੇਰੇ ਚਰਨਾਂ ਨੂੰ ਹੱਥ ਲਾ ਕੇ ਆਪਣੇ ਮਸਤਕ ਨੂੰ ਪਵਿੱਤਰ ਕਰਨਾ ਚਾਹੁੰਦਾ ਕਿਉਂਕਿ ਤੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਤੋਂ ਆਇਆ। ਸਿੰਘ ਕਹਿਣ ਲੱਗਾ ਬਾਬਾ ਜੀ ਅੱਜ ਦੇ ਚਰਨ ਪੂਜਣ ਵਾਲੇ ਨਹੀਂ, ਪੂਜਣ ਵਾਲੇ ਚਰਨ ਹੋਵੇ ਨੇ ਜਿਹੜੇ ਖੁਸ਼ੀ ਦਾ ਸੁਨੇਹਾ ਲੈ ਕੇ ਆਉਂਦੇ ਨੇ, ਮੈਂ ਖੁਸ਼ੀ ਦਾ ਸੁਨੇਹਾ ਲੈ ਕੇ ਨਹੀਂ ਆਇਆ, ਮੈਂ ਤੇ ਤੁਹਾਨੂੰ ਦੱਸਣ ਵਾਸਤੇ ਆਇਆ ਇਹ ਅਬਦਾਲੀ ਦੀਆਂ ਫੌਜਾਂ ਹਰਿਮੰਦਰ ਸਾਹਿਬ ਨੂੰ ਢਾਉਣ ਦੀ ਤਿਆਰੀ ਕੀਤੀ ਨੇ। ਸਰੋਵਰ ਵਿੱਚ ਘੋੜਿਆਂ ਦੀ ਲਿਖ ਸੁਣ ਕੇ ਉਹਨੂੰ ਪੂਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ, ਸਿੱਖਾਂ ਨੂੰ ਦਰਸ਼ਨ ਇਸ਼ਨਾਨ ਤੋਂ ਵਾਹਿਆ ਕਰ ਦਿੱਤਾ ਗਿਆ। ਜਦੋਂ ਇਹ ਗੱਲ ਸੁਣੀ ਬੁੱਢੇ ਜਰਨੈਲ ਦੀਆਂ ਅੱਖਾਂ ਕਾਲਿਆ ਖੂਨ, ਉਹਨੇ
ਖਾਲਸਾ ਪੰਥ ਦੇ ਨਾਲ ਜਿਹੜੀ ਤਕਰੀਰ ਕੀਤੀ ਹੈ ਉਹਦਾ ਖੁਲਾਸਾ ਤੁਹਾਡਾ ਸੇਵ ਤੀਸਰੀ ਜਥਾ ਜਿਹੜਾ ਉਹ ਸ਼ਬਦਾਂ ਚ ਇਹ ਜਿਹੜੇ ਕਰ ਅਸੀਂ ਦੁਨੀਆ ਦੀ ਹੋਰ ਵੀ ਜਾਣੀਏ।
ਖਾਲਸਾ ਜੀ, ਜੇ ਅੰਮ੍ਰਿਤਸਰ ਸਾਹਿਬ ਦੀ ਸ਼ਾਨ ਬਰਕਰਾਰ ਹੈ ਤੇ ਸਾਡਾ ਇਸ ਸੰਸਾਰ ਤੇ ਜੀਵਨ ਦਾ ਫਾਇਦਾ, ਮਤਲਬ ਜੇ ਹਰਿਮੰਦਰ ਸਾਹਿਬ ਦੀ ਸ਼ਾਨ ਬਰਕਰਾਰ ਹੈ ਤੇ ਫਿਰ ਸਾਡਾ ਇਸ ਸੰਸਾਰ ਤੇ ਜੀਵਨ ਦਾ ਕੋਈ ਫਾਇਦਾ। ਵੇਖੋ ਹਰ ਬੰਦੇ ਦੇ ਮੂੰਹੋਂ ਆਵਾਜ਼ ਨਿਕਲੀ, ਵੇਖੋ ਬੁੱਢਾ ਜਵਾਨੀ ਨਾਲ ਨਰਮ ਤੁਰਿਆ, ਛਾਪਾ ਮਾਰਿਆ ਜਿਹਨਾਂ ਦਰਬਾਰ ਤੇ, ਉਹ ਬਾਬਾ ਉਹਨਾਂ ਦੀ ਛਾਤੀ ਤੇ ਚੜ੍ਹਨ ਤੁਰਿਆ, ਲੈ ਕੇ ਮਾਲਵੇ ਮਾਝੇ ਦੁਆਬੀਆਂ ਨੂੰ ਲਾਵਾਂ ਫਤਿਹ ਦੀ ਦੇਵੀ ਦਾ ਪੜ੍ਹਨ ਤੁਰਿਆ, ਪੂਰਾ ਸੰਤ ਸਿਪਾਹੀ ਤੇ ਰਾਜ ਜੋਗੀ ਕਿਸਮਤ ਨਵੀਂ ਪੰਜਾਬ ਦੀ ਧਰਨ ਤੁਰਿਆ। 5000 ਦਾ ਕਥਾ ਲੈ ਕੇ ਦਮਦਮਾ ਸਾਹਿਬ ਦੀ ਧਰਤੀ ਤੋਂ ਬੁੱਢਾ ਜਮੈਲ 75 ਵਰ੍ਹਿਆਂ ਦੀ ਉਮਰ, 18 ਸੇਰ ਦਾ ਖੰਡਾ ਹੱਥ ਫੜਿਆ, ਵਾਹ ਭਾਈ ਲਲਕਾਰੇ ਬਾਬਾ ਆਪਣੇ ਹਾਂਡਿਆਂ ਨੂੰ ਵਾਹ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਾਹ ਪਾ। ਪਿੰਡਾਂ ਵਿੱਚੋਂ ਨੌਜਵਾਨ ਉਸ ਬੁੱਢੇ ਜਰਨੈਲ ਦੀ ਤਕਰੀਰ ਸੁਣ ਕੇ ਜਾਮੇ ਸ਼ਹਾਦਤੀ ਵਾਸਤੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ। ਫਿਰੋਜ਼ਪੁਰ ਦੇ ਲਾਗਿਓ ਉਹਨੇ ਸਤਲੁਜ ਦਰਿਆ ਦਾ ਪੱਤਣ ਪਾਰ ਕੀਤਾ, ਜਿੱਥੇ ਦੋ ਦਰਿਆਵਾਂ ਦਾ ਸੰਗਮ ਹੈ, ਸਤਲੁਜ ਦੇ ਬਿਆਸ ਇਕੱਠੇ ਹੁੰਦੇ ਨੇ, ਅੱਜ ਉੱਥੇ ਬਹੁਤ ਵੱਡਾ ਪੁਲ ਬਣਿਆ ਹਰੀਕੇ ਦੇ, ਕਿ ਉਦੋਂ ਇਹ ਪੁਲ ਪੁਲ ਨਹੀਂ। ਜਦੋਂ ਮਾਲਵੇ ਵਿੱਚ ਦਾਖਲ, ਬਾਬਾ ਜੀ ਦੁਆਬੇ ਮਾਲਵੇ ਤੋਂ ਮਾਝੇ ਵਿੱਚ ਦਾਖਲ ਹੋਏ, ਮਾਝੇ ਦੇ ਨੌਜਵਾਨ ਵੀ ਮਹੀਨਾ ਕੱਟ ਕੇ ਉਹਦੇ ਨਾਲ ਤੁਰਨ ਵਾਸਤੇ ਤਿਆਰ। ਆਖਿਰਕਾਰ ਜਥਾ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਥਾਨ ਸ੍ਰੀ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਪੁੱਜਿਆ। ਅਗਲੇ ਦਿਨ ਇੱਥੋਂ ਬਾਬਾ ਦੀਪ ਸਿੰਘ ਸਾਹਿਬ ਨੂੰ ਤੁਰਨ ਲੱਗੇ ਤੇ ਗੁਰੂ ਗ੍ਰੰਥ ਸਾਹਿਬ ਵਾਲੇ ਦੇ ਸਾਹਮਣੇ ਬੁੱਢੇ ਜਰਨੈਲ ਨੇ ਗੱਲ ਵਿੱਚ ਪਤਾ ਪਾ ਕੇ ਆਖਿਆ, ਹੇ ਸ਼ਹੀਦਾਂ ਦੇ ਸਰਦਾਰ ਗੁਰੂ ਅਰਜਨ ਦੇਵ ਮਹਾਰਾਜ, ਤੇਰੇ ਦਰਬਾਰ ਤੇ ਕੋਈ ਕੜਾ ਪ੍ਰਸ਼ਾਦ ਭੇਟਾ ਕਰਦਾ ਹੈ, ਕੋਈ ਕੱਪੜੇ ਭੇਟਾ ਕਰਦਾ ਹੈ, ਕੋਈ ਮਾਇਆ ਭੇਟਾ ਕਰਦਾ ਹੈ, ਕੋਈ ਗਹਿਣੇ ਭੇਟਾ ਕਰਦਾ ਹੈ, ਕੋਈ ਪ੍ਰਸ਼ਾਦ ਭੇਟਾ ਕਰਦਾ ਹੈ, ਮੈਂ ਸਿਰ ਦਾ ਚੜਾਵਾ ਲੈ ਕੇ ਤੇਰੇ ਚਰਨਾਂ 'ਚ ਹਾਜ਼ਰ ਹਾਂ, ਪਰ ਸਿਰ ਦਾ ਚੜਾਵਾ ਚੜਾਉਣਾ ਗੁਰੂ ਰਾਮਦਾਸ ਵਾਲੇ ਦੇ ਦਰਬਾਰ ਵਿੱਚ, ਤੇ ਚੜਾਉਣਾ ਤਾਂ ਪਹਿਲਾਂ ਅਬਦਾਲੀ ਦੇ ਝੰਡੇ ਅੰਮ੍ਰਿਤਸਰ ਵਿੱਚੋਂ ਪੁੱਟ ਕੇ ਫਿਰ ਸਿਰ ਦਾ ਚੜਾਵਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਚੜਾਇਆ ਜਾਏ। ਜਦੋਂ ਇਹ ਅਰਦਾਸ ਕੀਤੀ ਬਾਬਾ ਦੀਪ ਸਿੰਘ ਦੇ ਮਗਰ ਹੋਣੀ ਖਲੋਤੀ, ਉਹਨੇ ਆਖਿਆ, ਬਾਬਾ ਦੀਪ ਸਿੰਘ ਇਹ ਅਰਦਾਸ ਨਾ ਕਰ ਤੇ ਹਰਿਮੰਦਰ ਸਾਹਿਬ ਆਜ਼ਾਦ ਕਰਾ ਕੇ ਸ਼ਹੀਦੀ ਪਾਵਾਂਗਾ, ਇਹ ਅਰਦਾਸ ਕਰ ਤੇ ਜੇ ਆਜ਼ਾਦ ਨਾ ਕਰ ਸਕਿਆ ਤੇ ਸ਼ਹੀਦੀ ਪ੍ਰਾਪਤ ਕਰ। ਬਾਬਾ ਦੀਪ ਸਿੰਘ ਸਾਹਿਬ ਨੇ ਜਦੋਂ ਹੋਣੀ ਦੀ ਬੋਲੀ ਸੁਣੀ, ਉਹਨੇ ਆਖਿਆ, ਨਹੀਂ ਹੋਣੀਏ ਸ਼ਾਇਦ ਤੇਰਾ ਤੇ ਖਾਲਸੇ ਦਾ ਵਾਹ ਕਹਿੰਦੀ ਵਾਹ ਕਿਹੜਾ ਹੋਵੇਗਾ, ਤੂੰ ਸਿਕੰਦਰ ਵਰਗੇ ਸੂਰਮੇ ਵੇਖੇ ਹੋਣਗੇ, ਮਾਨ ਢਾਕਾ ਵਰਗੇ ਸੂਰਮੇ ਵੇਖੇ ਹੋਣਗੇ, ਅਖਲਾਕੂ ਚੰਗੇਜ਼ ਖਾਂ ਵਰਗੇ ਵੇਖੇ ਹੋਣਗੇ, ਜੇਕਰ ਖਾਲਸੇ ਨਾਲ ਤੇਰਾ ਪਹਿਲੀ ਵਾਰ ਵਾ ਹੋਣੀ। ਨੇ ਆਖਿਆ, ਦੀਪ ਸਿੰਘਾ, ਮੈਂ ਆਪਣੇ ਵਰਗਿਆਂ ਦਾ ਮਾਲ ਮਿੱਟੀ ਵਿੱਚ ਰੋਲ ਸੁੱਕਿਆ, ਪਾਲਵਾਂ ਦੀਆਂ ਕੂੜੀਆਂ ਦੀਆਂ ਕੂੜੀਆਂ ਗੱਲ ਕਰ ਛੱਡੀ ਹੈ, ਮੈਂ ਕਦੇ ਕਿਸੇ ਦਾ ਪਰ ਨੇਬਰੇ ਨਹੀਂ ਕਰ ਦਿੱਤਾ, ਇੱਕ ਦਾ ਲੋਖਾ ਪਰ ਨੇਬਰੇ ਨਹੀਂ ਕਰ ਲਿਆ। ਵੱਡੇ ਜਰਨੈਲ ਦੀਆਂ ਅੱਖਾਂ 'ਚ ਖੂਨ ਹੈ, ਉਹਨੇ ਮਾਰ ਕੇ ਸ਼ਾਦੀ ਤੇ ਹੱਥ ਆਖਿਆ, ਨਹੀਂ ਹੋਣੀਏ ਬਦਲ ਸਿਰ ਦੇ ਪੂਰੇ ਦੇ ਪੱਕੇ, ਅਸੀਂ ਫੜ ਫੜ ਜਮਨ ਗਾ ਲਈਏ ਸੋਨਿਆਂ ਦੇ ਨੱਕੇ, ਅੱਜ ਅੰਮ੍ਰਿਤਸਰ ਵੱਲ ਜਾਂਦੇ ਆ ਸਾਨੂੰ ਕਿਹੜਾ ਡੱਕੇ, ਅਸੀਂ ਖੰਡੇ ਪਾਰ ਸੇਬ ਦੇ ਨਹੀਂ ਐਵੇਂ ਚੱਕੇ ਕਿਸੇ ਮਾਂ ਦੇ ਨਾਲ ਦੀ ਜੋ ਹੈ, ਸਾਨੂੰ ਹਰਿਮੰਦਰ ਸਾਹਿਬ ਜਾਣ ਤੋਂ ਰੋਕ ਸਕੇ, ਅਰਦਾਸ ਕਰਾਉਣ ਤੋਂ ਰੋਕ। ਤੁਰਿਆ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਜੱਥਾ ਲੈ ਕੇ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅੰਮ੍ਰਿਤਸਰ ਨੂੰ ਪੁਰਾਣੀ ਸੜਕ ਤੇ ਆਉਣੇ ਤੇ ਦਰਬਾਰ ਸਾਹਿਬ ਤੋਂ 2 ਕਿਲੋਮੀਟਰ ਸੜਕ ਦੇ ਸਜਿਆ ਇਹ ਗੁਰਦੁਆਰਾ ਬਲਕਾਰ ਸਾਹਿਬ ਬਣਿਆ। ਬਾਬਾ ਜਗਤਾਰ ਸਿੰਘ ਸਾਹਿਬ ਜੀ ਉਸ ਸਥਾਨ ਦੀ ਸੇਵਾ ਕਰਵਾ ਰਹੇ, ਕਾਰ ਸੇਵਾ ਵਾਲੇ ਮਤ। ਜਦੋਂ ਇੱਥੇ ਪੁੱਜਾ ਨਾ ਬਾਬਾ ਦੀਪ ਸਿੰਘ ਨਾਲ ਦੋ ਧਾਰੇ ਖੰਡੇ ਨਾਲ ਕਦੀ ਛੁੱਟੀ ਸੀ, ਖਾਲਸਾ ਜੀ ਕਦੀ ਉਹ ਬੰਦਾ ਤੱਤੇ ਜਿਹਨੇ ਤੁਹਾਨੂੰ ਤੋਂ ਜਾਣ ਦੇ ਸ਼ਬਦ ਕਰਦੇ, ਇੱਧਰੋਂ ਪਰਿਵਾਰ ਪਿਆਰਾ ਸੰਸਾਰ ਪਿਆਰਾ ਹੈ,
ਉਹ ਬੰਦਾ ਨੀਂਦ ਤੋਂ ਪਾਰ ਨਾ ਹੋਵੇ। ਸਤਿਕਾਰਯੋਗ ਸਾਧ ਸੰਗਤ ਜੀ, ਸ਼ਹੀਦੀ ਦਾ ਵਰਤਾ ਹੋਵੇ ਲੰਗਰ, ਸ਼ਹੀਦੀ ਦੀ ਲੱਗੀ ਹੋਵੇ ਸ਼ਬੀਰ, ਸੂਰਮੇ ਤਿਆਰ ਪਰ ਤਿਆਰ ਹੋ ਕੇ ਆਏ ਹੋਣ ਤੇ ਫਿਰ ਕਿਹਾ ਕਦੇ ਕਿਸੇ ਨੇ ਪਿੱਛੇ ਮੁੜਦਾ ਵੇਖਿਆ, 10,000 ਸੂਰਮਾ ਛਾਲ ਮਾਰਦਾ ਵੀ ਕੋ ਪਾਰ ਹੋ ਗਿਆ। ਦੱਸ ਕਈ ਸਵਾਲ ਕਰਦੇ ਕਿ ਜਾਣੇ ਜੀ ਤੁਸੀਂ ਜਦੋਂ ਦਮਦਮਾ ਸਾਹਿਬ ਤੋਂ ਪੂਰੇ ਸੂਰ 5,000 ਕਹਿੰਦੇ ਹੋ ਤੇ ਇੱਥੇ 10,000 ਗਿਣਤੀ, 5,000 ਸੂਰਮਾ ਕਿੱਥੋਂ ਆਏ? ਮੈਂ ਦੱਸਣਾ ਚਾਹੁੰਦਾ, 5,000 ਮਾਲਵੇ ਦੀ ਧਰਤੀ ਤੋਂ ਤੁਰਿਆ ਸੀ ਔਰ 5,000 ਮਾਲਵੇ ਦੇ ਪਿੰਡਾਂ ਵਿੱਚੋਂ ਬਾਬਾ ਦੀਪ ਸਿੰਘ ਸਾਹਿਬਾਨ ਦੇ ਨਾਲ ਤੁਰਿਆ। 10,000 ਦੀ ਗਿਣਤੀ ਹੋ ਗਈ, 10,000। ਬਾਬਾ ਦੀਪ ਸਿੰਘ ਸਾਹਿਬ, ਬਾਬਾ ਲੋਭ ਸਿੰਘ ਸਾਹਿਬ, ਬਾਬਾ ਰਾਮ ਸਿੰਘ ਸਾਹਿਬ, ਬਾਬਾ ਸ਼ਾਮ ਸਿੰਘ ਸਾਹਿਬ, ਬਾਬਾ ਬਲਵੰਤ ਸਿੰਘ, ਬਾਬਾ ਨੱਥਾ ਸਿੰਘ, ਬਾਬਾ ਅਗਰ ਸਿੰਘ ਤੇ ਬਾਬਾ ਦਿਆਲ ਸਿੰਘ ਸਾਹਿਬ, ਵਾਹੋ ਭਾਈ ਕਾਲੇ ਕੰਮਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵੱਲ ਸਾਨੂੰ ਵੱਧਦੇ ਜਾਣ। ਜੇ ਕਿਸੇ ਨੇ ਬਖਸ਼ੀ ਜਹਾਨ ਖਾਨ ਨੂੰ ਜਾ ਕੇ ਦੱਸਿਆ, ਜਹਾਨ ਖਾਨ ਇੱਕ ਬੁੱਢਾ ਜਰਨੈਲ ਬੜਾ ਵੱਡਾ ਜਥਾ ਲੈ ਕੇ ਅੰਮ੍ਰਿਤਸਰ ਸਾਹਿਬ ਨੂੰ ਵਾਧਾ ਤੁਰਿਆ ਲਿਆ, ਬੜਾ ਵੱਡਾ ਜਥਾ ਲੈ ਜੇ ਸੁਣਦਿਆਂ ਸਾਲ ਉਹਨੇ 40,000 ਫੌਜ ਨੂੰ ਦਿੱਤਾ। ਅੰਮ੍ਰਿਤਸਰ ਤੋਂ 10 ਕਿਲੋਮੀਟਰ ਬਾਅਦ ਜਰਨੈਲੀ ਸੜਕ ਦੇ ਦੋਹਰੇ ਪਾਸੇ ਮੋੜ ਕੇ ਪੁੱਟਦੇ ਜਾਣ ਔਰ ਮੋੜ ਕੇ ਇਸ ਤਰੀਕੇ ਨਾਲ ਪੁੱਟੇ ਜਾਣ ਵੀ ਇੱਕ ਮੋੜ ਕੇ ਤੋਂ ਦੂਜੇ ਮੋੜ ਕੇ ਜਿਹੜਾ ਬੰਨਾ ਖੋਲਦਾ ਨਾ ਉਹਦਾ ਸਿਰ ਲੱਭਣਾ ਪੈਂਦਾ, ਪਛਾਣ ਨਹੀਂ ਹੋਣੀ ਪੈਂਦੀ। ਅਸਲ ਵਿੱਚ ਸਤਿਕਾਰਯੋਗ ਸਾਧ ਸੰਗਤ ਜੀ, ਜਦੋਂ ਬੰਦਾ ਰੱਬ ਦੇ ਘਰ ਦੇ ਚੜ੍ਹਾਈ ਕਰਕੇ ਆਉਂਦਾ ਨਾ ਫਿਰ ਬੰਦੇ ਦੀ ਅਕਲ ਤੇ ਪਰਦਾ ਪੈ ਜਾਂਦਾ। ਹੁਣ ਤੁਸੀਂ ਅੰਦਾਜ਼ਾ ਲਗਾਓ ਵੀ ਮੋੜ ਕੇ ਵੀ ਦੂਰ ਨੇ, ਵੀ ਇੱਕ ਬੰਦਾ ਇੱਥੇ ਖਲੋਤਾ ਹੈ, ਦੂਜਾ ਕਿਤੇ ਦੂਰ ਹੈ, ਉਹਦਾ ਸਿਰ ਲੱਭਦਾ ਹੈ, ਪਛਾਣ ਨਹੀਂ ਉਹ ਸਿੱਧੀ ਉਹ ਮੋਸਦਿਆ ਕਿੰਨਾ ਮੁੱਠਾ ਕਾਮਯਾਬ ਹੋ। ਅਸਲ ਵਿੱਚ ਇਹਨਾਂ ਦੀ ਅਕਲ ਤੇ ਪਰਦਾ ਪੈ ਚੁੱਕਾ ਹੈ। ਉਹ ਧਰਮ ਸਾਹਿਬ ਦੇ ਹਰਿਮੰਦਰ ਸਾਹਿਬ ਨੂੰ ਢਾਉਣ ਵਾਸਤੇ, ਸੁਗਮ ਨੂੰ ਪੂਰਨ ਵਾਸਤੇ 40,000 ਫੌਜ ਲੈ ਕੇ ਇਹ ਨੂੰ ਬਾਬਾ ਦੀਪ ਸਿੰਘ ਸਾਹਿਬ ਜਿਹਦੇ ਮਨ ਅੰਦਰ ਕਿਆਓ ਹੈ, ਕਬੀਰ ਮੋਹੇ ਮੰਨੇ ਦਾ ਕਿਆਓ ਹੈ, ਮਰੂ ਘਰ ਦੇ ਦੁਆਰ ਮਾਤਾ ਪੁਰਸ਼ਾ ਕੌਣ ਹੈ ਤਾਂ ਹਮਾਰੇ ਬਾਰ, ਸਤਿ ਸ੍ਰੀ ਅਕਾਲ ਦੇ ਜਿਕਾਰੇ ਸ਼ਬਦਾਂ ਵਾਹੋ ਬਾਈ ਤੁਰਿਆ ਆ ਰਿਹਾ ਸੀ। ਜਦੋਂ ਦੋਵੇਂ ਧਿਰਾਂ ਚੱਪੇ ਦੇ ਗੋਲਵਰ ਦੇ ਮੈਦਾਨ ਵਿੱਚ ਆਪਸ ਵਿੱਚ ਵੀ ਇਕੱਠੀਆਂ ਹੋਈਆਂ ਨਾ, ਇਹ ਕੰਨਿਓ ਨਦੀਆਂ ਨਕਾਰੇ ਤੇ ਚੋਟਾਂ ਸਤਿ ਸ੍ਰੀ ਅਕਾਲ ਦੇ ਜਿਕਾਰੇ ਔਰ ਦੂਜੇ ਵੱਲੋਂ ਢੋਲ ਤੇ ਡਗਾ ਵੱਜਿਆ ਜੈ ਅਲੀ ਬਹਾਦਰ ਅੱਲਾਹੁ ਅਕਬਰ ਦੇ ਨਾਰੇ ਲੱਗ ਰਹੇ ਨੇ। ਦੋਵਾਂ ਧਿਰਾਂ ਦੇ ਸੂਰਮਿਆਂ ਦੇ ਜਦੋਂ ਲਾਈਆਂ ਆਪੋ ਆਪਣੀਆਂ ਤਾਰਾਂ ਤੇ ਉਹਨਾਂ ਦੀਆਂ ਤਾਰਾਂ ਸੁਣ ਕੇ ਧਰਤੀ ਆਕਾਸ਼ ਦਾ ਪਾਲ ਆਪਸ ਵਿੱਚ ਕਰਿਆ ਰੱਖੇ ਜਾਣਾ ਤਰੀ ਤੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਰਦਾਰੂ ਸੂਰਮੇ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਮਾਰਨੀ ਵਾਸਤੇ ਬਖਸ਼ੀ ਜਹਾਨ ਖਾਨ ਦੀ ਫੌਜ ਦਾ ਸਵਾਗਤ ਕਰੇ ਇਹ ਕਰ
ਹਜ਼ਾਰ ਸੂਰਮੇ 40,000 ਜਿਹਨਾਂ ਨੂੰ ਲਾਹੌਰ ਦਰਬਾਰ ਤੋਂ ਮਦਦ, ਮੁਲਤਾਨ ਤੋਂ ਮਦਦ, ਜਵਾਬ ਤੋਂ ਮਦਦ, ਪਿਸ਼ਾਵਰ ਤੋਂ ਮਦਦ, ਦਿੱਲੀਓ ਮਦਦ, ਸਰਹਿੰਦ ਤੋਂ ਮਦਦ, ਆਹ ਦੂਜੇ ਬੰਨੇ 10,000 ਸੂਰਮੇ 10,000 ਫੜੇ ਹੋਏ ਕਿਸ਼ਹਿਰੇ ਦੁਨੀਆਂ ਤਮਾਰਾਂ ਅੱਠ ਅੱਠ ਦਿਨ ਪਤਾ ਨੀ ਗੋਲੀ ਖਾਣ ਵਾਸਤੇ ਮਿਲੇ ਕਿ ਜਾਂ ਚਲਾ ਕੇ ਹੀ ਸਹਿਣੇ ਪੈਣ। ਇਹ ਬੜਾ ਨਜ਼ਰਦਾਰ ਸ਼ਬਦ ਹੈ, ਕਰਾਂਗੇ ਸ਼ਹਿਰ ਦੇ ਪੈਰੀ ਉੱਤੇ ਦਬਾਅ ਪਾਉਣ ਵਾਸਤੇ ਇਹ ਸ਼ਬਦ ਇਸਤੇਮਾਲ ਕੀਤਾ ਗਿਆ ਹੋਵੇ ਵੀ ਕਰਾ ਕੇ। ਹੁਣ ਆਹ ਬੰਦੇ ਨੂੰ ਪਤਾ ਕੀ ਹੈ ਵੀ ਕਰਾ ਕੇ ਖਾਲਸਾ ਦੇ ਭੁੱਖ ਨਾਲ ਗੂੰਜ ਰਿਹਾ ਹੈ ਤੇ ਲੈਰੀ ਨੂੰ ਸੁਣਾਇਆ ਜਾ ਰਿਹਾ ਵੀ ਖਾਲਸਾ ਅੱਖਾਂ ਬਣਾ ਦੋ, ਕਰਾ ਕੇ ਸਹਿ ਲਿਆ ਕਰਾ ਕੇ। ਤੇ ਜੇ ਕਿਤੇ ਭੁੱਲੇ ਹੋਏ ਚਣੇ ਖਾਣ ਵਾਸਤੇ ਮਿਲ ਜਾਣ ਤੇ ਫਿਰ ਸੂਰਮਿਆਂ ਦੇ ਸਰਾਂ ਨੂੰ ਬਦਾਮਾਂ ਦੀਆਂ ਗਿਰੀਆਂ ਸ਼ਿਕਾਈਆਂ ਜਾ ਰਹੀਆਂ, ਖਾਲਸੇ ਨੂੰ ਬਦਾਮਾਂ ਦੀਆਂ ਗਿਰੀਆਂ ਜਿੱਥੇ ਕਰਮੀਆਂ ਵਾਲੇ ਪਾਤਸ਼ਾਹ ਨੇ ਸੇਖ ਦੀ ਰਹਿਣੀ ਬਦਲੀ ਆ, ਬਹਿਣੀ ਬਦਲੀ ਆ, ਕਹਿਣੀ ਬਦਲੀ ਆ, ਸਹਿਣੀ ਬਦਲੀ ਆ, ਉੱਥੇ ਸਿੱਖ ਦੇ ਬੋਲੇ ਵੀ ਬਦਲੇ ਨੇ। ਬੋਲੇ ਵੀ ਦੋ ਨਿਹੰਗ ਸਿੰਘ ਸਾਹਿਬ ਆਪਸ ਵਿੱਚ ਗੱਲਾਂ ਕਰਦੇ ਹੋਣ ਤੇ ਤੀਜੇ ਬੰਦੇ ਨੂੰ ਪਤਾ ਨਹੀਂ ਲੱਗ ਸਕਦਾ ਕਿ ਆਪਸ ਵਿੱਚ ਕੀ ਕੁਝ ਹੈ। ਰਾਣੀ ਇੱਕ ਦਾਸਤਾਨ ਆਉਂਦੀ ਹੈ, ਅਨੰਦਪੁਰ ਸਾਹਿਬ ਦੇ ਕਿਲੇ ਨੂੰ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ। ਰਾਤ ਹਨੇਰੇ ਕੋਈ ਰਾਤ ਸਿੱਖ ਗੁਰੂ ਦਾ ਭੁੱਜੇ ਹੋਏ ਚਣਿਆਂ ਦਾ ਇੱਕ ਗੱਡਾ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਜੀ ਤੱਕ ਅਗਲੇ ਦਿਨ ਮੁਸਲਮਾਨ ਸਿਪਾਹੀਆਂ ਦਾ ਰੂਪ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿੱਖ ਮੁਸਲਮਾਨ ਸਿਪਾਹੀਆਂ ਦੇ ਕਹਿੰਦੇ ਸਨ ਵੀ ਅੱਜ ਕਲਮੀਆਂ ਵਾਲੇ ਪਾਤਸ਼ਾਹ ਨੇ 1,25,000 ਗੱਡਾ ਬਦਾਮਾਂ ਦੀਆਂ ਗਿਰੀਆਂ ਦਾ ਮੰਗਾਇਆ, ਬਦਾਮਾਂ ਦੀਆਂ ਗਿਰੀਆਂ ਅਸਲ ਵਿੱਚ ਹੈ ਤੇ ਇੱਕ ਭੁੱਜੇ ਹੋਏ ਚਣਿਆਂ ਦਾ ਗੱਡਾ ਹੈ, ਉਹਨੂੰ ਬਦਲ ਕੇ 1,25,000 ਗੱਡਾ ਬਦਾਮਾਂ ਦੀਆਂ ਗਿਰੀਆਂ ਦਾ ਬਣਾ ਦਿੱਤਾ ਗਿਆ। ਸ਼ਤਾਈ ਤੇ ਆਪਣੇ ਅਫਸਰਾਂ ਦੇ ਗੱਲ ਪੈਣ, ਹੋਰ ਤੁਸੀਂ ਸਾਨੂੰ ਭੁੱਖੇ ਮਾਰਦੇ ਲੱਗੇ ਹੋ। ਗੁਰੂ ਗੋਬਿੰਦ ਸਿੰਘ ਸਾਹਿਬ 1,25,000 ਗੱਡਾ ਆਪਣੀਆਂ ਫੌਜਾਂ ਵਾਸਤੇ ਬਦਾਮਾਂ ਦੀਆਂ ਗਿਰੀਆਂ ਦਾ ਹੀ ਲਾਇਆ, ਜਿਹਨਾਂ ਨੇ ਬਦਾਮ ਛੱਡਣੇ ਲੱਗਦਾ ਤੇ ਉਹਨਾਂ ਨੇ ਇਸੇ ਨੂੰ ਗਿਆਨ ਸੋਚ ਸੇ ਭੁੱਖੇ ਵਾਲੀਏ ਨੇ ਲਿਖਿਆ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਧੂਰ ਧੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਧੂੜੀ ਲੈ ਕੇ ਜੋੜਿਆਂ ਦੀ ਤੇਰੇ ਦਰਬਾਰ ਵਿੱਚੋਂ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ, ਪੰਜ ਘੁੱਟ ਪੀ ਕੇ ਤੇਰੇ ਬਾਤੇ ਉਹ ਪ੍ਰੇਮ ਵਾਲੇ ਮਸਤੇ ਹੋਏ ਹਾਥੀਆਂ ਨੂੰ ਢਾਲੇ ਤੇਰਾ ਖਾਲਸਾ, ਪਰੇ ਕਿਤੇ ਲੋੜ ਦੇ ਨਿਸ਼ਾਨਾ ਅਜੇ ਮਾਮਲੇ ਦੀ ਹੱਸ ਹੱਸ ਛਾਤੀ ਬੂਹੇ ਡਾਵੇ ਤੇਰਾ ਖਾਲਸਾ। ਕਲਮੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਦੇਸ਼ ਤੋਂ ਜਗਰਾ ਨਿਸ਼ਾਵਰ ਕਰਨ ਵਾਸਤੇ ਤਿਆਰ ਕਰੇ ਸੀ। ਇਹ ਜੋ 40,000 ਪਰਿਵਾਰ ਤਨਖਾਹਾਂ ਦੇ ਲਾਲ ਚੁੱਕੇ ਲੱਭ ਰਿਹਾ, ਮੌਕਿਆਂ ਦੇ ਲਾਲ ਚੁੱਕੇ ਲੱਭ ਰਿਹਾ, ਜ਼ਮੀਨਾਂ ਦੇ ਲਾਲ ਚੁੱਕੇ ਲੱਭ ਰਿਹਾ, ਔਰ ਇਹਨਾਂ ਨੂੰ ਬਹੁਤ ਗਿਣਤੀ ਦਾ ਮਾਣ ਸੀ। ਅਸਲ ਵਿੱਚ ਬੰਦਾ ਕਮਜ਼ੋਰੀ ਉਦੋਂ ਹੁੰਦਾ ਜਦੋਂ ਬੰਦਾ ਆਪਣੀ ਫੌਜ ਦਾ ਮਾਣ ਕਰਨ ਲੱਗ ਪਏ, ਕਿਉਂਕਿ ਇਹਨਾਂ ਨੂੰ ਜ਼ਿਆਦਾ ਮਾਣ ਸੀ। ਸਾਡੀ ਗਿਣਤੀ 40,000 ਹੈ ਤੇ ਦੂਜੇ ਬੰਦੇ 10,000 ਨੇ, ਉਹਨਾਂ ਨੂੰ ਕਿਸੇ ਬੰਦੇ ਨੂੰ ਵੱਧ ਨਹੀਂ ਆਉਣੀ। ਜਿਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੋਵੇ ਉਹਨਾਂ ਨੂੰ ਇੱਕ ਅੱਧੇ ਕਿੱਲੇ ਦਬਰੂ ਕਸੂਰ ਕਰਾਸੀ ਦਾ ਮਾਲ ਮਾਲ ਨਹੀਂ ਦੇ। ਵਿਹਾਰੀ ਦੀਆਂ ਪਾਲਾਂ ਦੀਆਂ ਪਾਲਾਂ ਧਰਤੀ ਤੇ ਨਿਸ਼ਾਨੇ ਜਾ ਰਹੀਆਂ ਸਨ। ਇਹ ਬਾਬਾ ਦਿਆਲ ਸਿੰਘ ਸਾਹਿਬ ਜੀ ਵਰਗੇ ਮਰਦਾਨ ਸੂਰ ਨੇ ਜਿਹਨਾਂ ਨੇ ਆਪਣੀ ਬਹਾਦਰੀ ਦੇ ਯੋਗ ਖਾਏ ਔਰ ਇਸ ਸਰਾਰੇ ਦੇ ਅੰਗ ਤੋਂ ਉਹਨਾਂ ਨੇ ਜਾਮੇ ਸ਼ਹਾਦ ਕੀਤਾ। ਇਸੇ ਤਰ੍ਹਾਂ ਇੱਕ ਜ਼ਬਰਦਸਤ ਖਾਨ ਵਾਲਾ ਪਠਾਨ ਬਾਬਾ ਦੀਪ ਸਿੰਘ ਸਾਹਿਬ ਜੀ ਹੋਰਾਂ ਨੂੰ ਸ਼ਹੀਦ ਕਰਨਾ ਚਾਹੁੰਦਾ ਸੀ। ਉਹਦੇ ਦਿਲ ਅੰਦਰ ਖਿਆਲ ਸੀ ਕਿ ਜੇ ਬੁੱਢਾ ਜਰਨੈਲ ਸ਼ਹੀਦ ਨਾ ਕੀਤਾ ਜਾਵੇ ਤੇ ਲੜਾਈ ਖਤਮ ਹੋ ਜਾਏਗੀ, ਕਿਉਂਕਿ ਉਹ ਹੀ ਇਸ ਦਾ ਆਗੂ ਜਾ। ਜਦੋਂ ਬਾਬਾ ਦੀਪ ਸਿੰਘ ਸਾਹਿਬ ਵਾਲਾ ਦੀ ਤਿਆਰੀ ਵਿੱਚ ਸੀ, ਇਹਨੂੰ ਇੱਕ ਜੈਨ ਸਿੰਘ ਸਰਦਾਰ ਬਲਵੰਤ ਸਿੰਘ ਨੇ ਮੰਗਾ ਲਿਆ, ਕਿਹਾ ਜ਼ਬਰਦਸਤ ਖਾਂ ਬਾਬਾ ਦੀਪ ਸਿੰਘ ਵੱਲ ਬਾਅਦ ਵਿੱਚ ਜਾਣੀ ਪਹਿਲਾਂ ਮੇਰੇ ਨਾਲ ਦੋ ਹੱਥ ਕਰ। ਸਿਆਲੇ ਸੋਚਦੇ ਕਰ ਬੈਠੇ ਨੇ, ਮੇਰੀਆਂ ਮਾਵਾਂ ਭੈਣਾਂ ਧੀਆਂ ਬੈਠੀਆਂ, ਸਾਰਾ ਸੰਸਾਰ ਜਾਣਦਾ ਵੀ ਹਾਣੀ ਨੂੰ ਹਾਣ ਪਿਆ।
ਉਮਰਾਂ ਨੂੰ ਉਮਰਾਂ ਪਿਆਰੀਆਂ, ਨਾਵਾਂ ਨੂੰ ਨਾਂ ਪਿਆਰੇ, ਇਲਾਕਿਆਂ ਨੂੰ ਇਲਾਕੇ ਪਿਆਰੇ। ਜਦੋਂ ਹਾਣੀ ਨੂੰ ਹਾਣੀ ਲਗਾਏ ਤੇ ਫਿਰ ਗੁੱਸਾ ਕਿਉਂ ਨਾ ਆਵੇ? ਜਦੋਂ ਬਾਬਾ ਬਲਵੰਤ ਸਿੰਘ ਨੇ ਜਬਰਦਸਤ ਪਠਾਨ ਨੂੰ ਲਗਾਇਆ ਥਾਣਾ, ਬਾਬਾ ਦੀਪ ਸਿੰਘ ਨਾਲ ਬਾਅਦ ਵਿੱਚ ਜਾਣੀ ਪਿਆ ਮੇਰੇ ਨਾਲ ਦੋ ਹੱਥ ਕਰ, ਉਹਨੂੰ ਬੜਾ ਮਾਣ। ਕਈ ਨਿਹੰਗ ਸਿੰਘ ਨੇ ਮੇਰੇ ਨਾਲ ਕੀ ਲੱਭਦਾ, ਮੈਂ ਤੇ ਪਹਿਲੇ ਰੇਲਾ ਕੀਰਤਨ ਸੁਣਾ ਪੜ੍ਹਨ, ਪਰ ਜਦੋਂ ਆਇਆ ਰੇਲੇ ਬਾਬਾ ਬਲਵੰਤ ਸਿੰਘ ਕਹਿੰਦਾ ਵਾ ਜਬਰਦਸਤ ਖਾਣਾ, ਤੇਰੀ ਮਾਂ ਨੇ ਮੇਰਾ ਨਾਂ ਜਬਰਦਸਤ ਖਾਂ ਰੱਖਿਆ, ਤੇਰੀ ਮਾਂ ਨੇ, ਮੇਰੇ ਬਾਪੂ ਨੇ ਮੇਰਾ ਨਾਂ ਸਰਦਾਰ ਬਲਵੰਤ ਸਿੰਘ ਰੱਖਿਆ, ਮੇਰੀ ਰਾਏ ਆ ਵੀ ਪਹਿਲਾਂ ਵਾਰ ਤੂੰ ਕਰ ਜਬਰਦਸਤ ਖਾਂ, ਕਹਿੰਦਾ ਵੀ ਮੈਂ ਵਾਰ ਕਿਉਂ ਕਰ? ਬਾਬਾ ਬਲਵੰਤ ਸਿੰਘ ਨੇ ਆਖਿਆ ਜਬਰਦਸਤ ਖਾਂ ਤੂੰ ਵਾਰ ਇਸ ਕਰਕੇ ਕਰਨਾ, ਜੇ ਖਾਲਸੇ ਦਾ ਵਾਰ ਪਹਿਲਾਂ ਕਰ ਗਿਆ ਤੇ ਫਿਰ ਤੂੰ ਵਾਰ ਚਲਾਉਣ ਜੋਗੇ ਰਹਿਣਾ ਨਹੀਂ, ਤੇਰੇ ਦਿਲ ਅੰਦਰ ਕਿਆ ਸਾਰਾ ਅਰਮਾਨ ਲੈ ਕਰੇ, ਇਸ ਲਈ ਮੇਰੀ ਰਾਏ ਆ ਕਿ ਪਹਿਲਾਂ ਵਾਰ ਤੂੰ ਕਰ, ਤੇਰੇ ਦਿਲ ਅੰਦਰ ਅਰਮਾਨ ਨਾ ਰਹੇ ਕਿ ਮੈਂ ਵਾਰ ਪਹਿਲਾਂ ਕਰਦਾ ਤੇ ਮੈਂ ਕੁਝ ਕਰ ਸਕਣਾ ਸੀ। ਇਹ ਬੰਦੇ ਸਰਦਾਰ ਬਲਵੰਤ ਸਿੰਘ ਨਿਹੰਗ ਸਿੰਘ ਸੂਰਮਾ ਸਦਿਆ ਹੋਇਆ ਕਰਮੀਆਂ ਵਾਲੇ ਪਾਤਸ਼ਾਹ ਦਾਸ ਖਾਲਸਾ, ਆ ਦੂਜੇ ਵਾਲੇ ਜਬਰਦਸਤ ਕਰ ਪਠਾਨ, ਇਹ ਬਾਈ ਲਾਕਾ ਮੁਸਲਮਾਨੀ ਕਲਾਰੀ ਅੰਦਰ ਇਹਦਾ ਬੜਾ ਨਾਮ ਹੈ। ਇਹਨੂੰ ਲਾਹੌਰ ਦੀ ਬਣਨੀ ਇਸੇ ਕਰਕੇ ਮਿਲੀ ਸੀ, ਇਹ ਬੜਾ ਜਬਰਦਸਤ ਸੀ, ਲਾਕਾ ਵਾਲਾ ਸੀ, ਧਾਵਾ ਵਾਲਾ ਸੀ। ਇੱਕ ਬੰਨੇ ਜਬਰਦਸਤ ਖਾਂ ਔਰ ਇੱਕ ਬੰਨੇ ਸਰਦਾਰ ਬਲਵੰਤ ਸਿੰਘ ਸਾਹਿਬ, ਕੀ ਆਹਦਾ ਬਾਬਾ ਬਲਵੰਤ ਸਿੰਘ ਜਬਰਦਸਤ ਖਾਂ ਪਠਾਨ ਨੂੰ ਬੇਨਤੀ ਇਹਨੇ ਕੀਤੀ। ਗਗਨ ਦਾ ਬਾਬਾ ਬਾਜੀਓ ਕਰਿਓ ਨਿਸ਼ਾਨੇ ਕਾ, ਕਬੂਲਾ ਸ਼ਾਦੇ ਖੇਮਾ।
ਚਲੇ ਗਏ। ਜਦੋਂ ਤਿੰਨ ਵਾਰ ਖਾਲੀ ਗਏ ਨਾ, ਫਿਰ ਆਪਣਾ ਹਾਥੀ ਛੇੜ ਕੇ ਤੇ ਪਿੱਛੇ ਨੂੰ ਭੱਜ ਲਗਾ। ਬਾਬਾ ਭਗਵੰਤ ਸਿੰਘ ਸਾਹਿਬ ਜੀ ਦੇ ਬੱਲੇ ਉਹ ਨਬੀ ਭਵਨ ਡੀਂਗਾ ਤੇ ਇੰਨੀਆਂ ਮਾਰਦਾ ਸਾਹਿਬ ਤਿੰਨ ਵਾਰ ਕੀਤੇ ਹੁਣ ਖਾਲਸੇ ਦਾ ਇੱਕ ਵਾਰ ਤੇ ਲਿਖਦਾ ਨਾ। ਇੱਕ ਵਾਰ ਸਰਦਾਰ ਭਗਵੰਤ ਸਿੰਘ ਸਾਹਿਬ ਨੇ ਕੀਤਾ, ਇਹਦਾ ਕੀਰਤਨ ਸੋਹਣਾ ਪੜਿਆ ਗਿਆ। ਜਦੋਂ ਇਹ ਗੱਲਾਂ ਜਮਾਲ ਖਾਨ ਨੇ ਵੇਖੀਆਂ ਉਹਨੂੰ ਸਾਰ ਕੱਪੜ ਯਾਕ ਲੱਗ ਸੀਤਲ ਹੋਈ। ਕਹਿੰਦੇ ਨੇ ਜਦੋਂ ਵੇਖੇ ਖੂਨੀ ਤਾਰੇ ਸਭ ਜਮਾਲ ਖਾਨ, ਉਦੋਂ ਵੇਖਦਾ ਗਏ ਸਹਾਰੇ ਸਾਥੀ ਤਰਫ ਮੈਂ ਤਾਨੇ ਜੰਗ ਅੰਦਰ ਉਹਦੇ ਜਮੈਲ ਮੌਤ ਦੀ ਲੜਾਈ ਲੜਦਿਆਂ ਲੜਦਿਆਂ ਅੰਦਰੇ ਹਨੂਮਾਨ ਨੂੰ ਪੂਰੇ ਜਾ ਰਹੇ ਸਨ ਤੇ ਜਮਾਲ ਖਾਨ ਨੂੰ ਬੜਾ ਗੁੱਸਾ। ਇਹ ਚੜ੍ਹਦੀ ਜਵਾਨੀ ਨੌਜਵਾਨ ਜਪੈਲ ਅਰੇ ਆਇਆ ਸੀ ਮੁਰਗਿਆ ਫੌਜ ਅੰਦਰ ਬਾਬਾ ਦੀਪ ਸਿੰਘ ਸਾਹਿਬ ਹੋਰਾਂ ਨੂੰ ਆਣ ਕੇ ਵਾਰ। ਬਾਬਾ ਦੀਪ ਸਿੰਘ ਸਾਹਿਬ ਹੋਰਾਂ ਦੇ ਸਾਹਮਣੇ ਜਦੋਂ ਇਹਨੇ ਬਾਤ ਕਹਿਲੀਆਂ ਘਰਾਉਣੀਆਂ ਗੱਲਾਂ ਕੀਤੀਆਂ ਤੇ ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਹੋਏ ਜਵਾਬ ਖਾਨ ਮੇਰੇ ਰਾਹ ਤੋਂ ਪਾਸੇ ਹੱਥਾਂ ਰਾਹ ਤੋਂ ਪਾਸੇ। ਇਹਨੂੰ ਮਾਣ ਬੜਾ ਸੀ, ਇਹ ਸੋਚੇ ਭਈ ਮੇਰਾ ਸਿਰ ਧਰਤੀ ਤੇ, ਮੇਰੇ ਪੈਰ ਧਰਤੀ ਤੇ, ਸਿਰ ਆਕਾਸ਼ ਤੇ, ਦੇਹ ਦਾ ਮੇਰਾ ਕੰਮ ਸਾਬਤ ਸਾਬਤ ਮੈਂ ਕੱਲਾ ਹੀ ਗੁੰਮਾ ਖਾ ਲੈਣਾ ਤੇ 75 ਸਾਲਾਂ ਦਾ ਬੁੱਢਾ ਮੇਰੇ ਨਾਲ ਲਾ ਲੂ। ਜਦੋਂ ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਓਏ ਜਮਾਲ ਖਾਨ ਮੇਰੇ ਰਾਹ ਤੋਂ ਪਾਸੇ ਹੱਥਾਂ, ਉਹਨੇ ਆਖਿਆ ਕਿਉਂ ਬੁੱਢੇ ਜਮਾਲ? ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਜਮਾਲ ਖਾਨ ਤੇਰੇ ਹੱਥਾਂ ਤੇ ਲੱਗੀ ਸਗਲਾਂ ਦੀ ਮਹਿੰਦੀ ਦੱਸਦੀ ਹੈ ਭਈ ਤੇਰੀ ਸ਼ਾਦੀ ਇਹਦੇ ਨਵੀਂ ਨਵੀਂ ਹੋਈ ਹੈ, ਤੈਨੂੰ ਘਰ ਕੋਈ ਵਲੀਕ ਨਾ ਹੋਏਗਾ, ਇਸ ਲਈ ਮੇਰੇ ਰਾਹ ਤੋਂ ਪਾਸੇ ਹੱਥਾਂ, ਮੇਰੇ ਰਾਹ ਤੋਂ ਪਾਸੇ। ਜਦੋਂ ਖਾਲਸੇ ਦਾ ਕੰਡਾ ਤੱਕ ਗਿਆ ਫਿਰ ਕੋਈ ਦੁਨੀਆਂ ਦੀ ਤਾਕਤ ਤੈਨੂੰ ਅਚਾਨ ਨਹੀਂ ਸੀ। ਇਹ ਸਾਰੀ ਦੀ ਸਾਰੀ ਕਿਰਪਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾਲ। ਮੈਂ ਇਹ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਜਿੰਨੀਆਂ ਵੱਡੀਆਂ ਚੁਣੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪਿਆ, ਜਿੰਨੇ ਵੱਡੇ ਤਸੀਹੇ ਸਾਨੂੰ ਝਾਕਣੇ ਪਏ, ਸ਼ਾਇਦ ਕੋਈ ਦੁਨੀਆਂ ਦੀ ਐਸੀ ਕੌਮ ਹੋਵੇਗੀ ਜਿਹਨੂੰ ਏਡੇ ਵੱਡੇ ਤਸੀਹੇ ਝਾਕਣੇ ਪਏ ਹੋਣ, ਵਰਨਾ ਦੁਨੀਆਂ ਦੀ ਕਿਸੇ ਕੌਮ ਨੂੰ ਏਡੇ ਵੱਡੇ ਤਸੀਹੇ ਕਿਸੇ ਇਤਿਹਾਸ ਅੰਦਰ ਸਾਨੂੰ ਇਹ ਗੱਲ ਪੜ੍ਹਨ ਵਾਸਤੇ ਨਹੀਂ ਮਿਲਦੀ ਕਿ ਕਿਸੇ ਬੰਦੇ ਦਾ ਬੰਦ ਬੰਦ ਚੱਕਿਆ ਗਿਆ ਹੋਵੇ, ਕਿਸੇ ਬੰਦੇ ਦਾ ਜਮੂਰਾਂ ਨਾਲ ਮਾਸ ਲੋਕਿਆ ਗਿਆ ਹੋਵੇ ਤੇ ਕਿਸੇ ਨੂੰ ਜੋੜੇ ਨੂੰ ਆਲਾ ਧਰ ਕੇ ਚੀਰ ਕੇ ਦੋ ਪਾਰ ਕਰ ਦਿੱਤਾ ਗਿਆ ਹੋਵੇ। ਇਹੋ ਜਿਹੀਆਂ ਤਵਾਰੀਖਾਂ ਨੇ ਮਿਲ ਗਈਆਂ ਤੇ ਖਾਲਸਾ ਪੰਥ ਦੇ ਇਤਿਹਾਸ ਅੰਦਰ ਹੀ ਮਿਲ। ਇਤਿਹਾਸ ਕੌਮਾਂ ਦੀ ਜਿੱਤ ਜਾਣ ਹੈ, ਇਤਿਹਾਸ ਕੌਮਾਂ ਦਾ ਸਰਮਾਇਆ। ਗਿਆਨੀ ਦਰਬਾਰ ਸਿੰਘ ਲਗੋ ਸੋਚਿਆ ਮਰਦ ਕਰਮਲਾ ਨਾਂ ਦੀ ਕਿਤਾਬ ਅੰਦਰ ਲਿਖਦਾ ਜਿੱਥੋਂ ਮੁਲਕ ਦੀ ਮਜਮੂਆ ਵਾਧਿਆ ਦੀ ਤੇ ਤੋਂ ਸ਼ੁਰੂ ਹੁੰਦੀ ਦਾਸਤਾਨ, ਜਿੱਥੋਂ ਇਹਨਾਂ ਲੋਕਾਂ ਦੀ ਕਹਾਣੀ ਘੰਟਿਆਂ ਵੱਡੀ ਲੜਾਈ ਤੋਂ ਬਾਅਦ ਇੱਕ ਸਾਂਝਾ ਵਾਰ ਕਰਿਆ।
ਜਵਾਬ ਖਾਂ ਨੇ ਧਰਤੀ ਤੇ ਲੇਟਿਆ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਵੇਖ ਕੇ ਸੀਸ ਔਰ ਧਾਰ ਅਲੱਗ ਹੋ ਕੇ ਧਰਤੀ ਤੇ ਨਿਕਲ ਜਦੋਂ ਸੀਸ ਧਾਰ ਅਲੱਗ ਹੋ ਕੇ ਧਰਤੀ ਤੇ ਨਿਕਲੇ ਪੌੜੀ ਨੇ ਸ਼ਾਦੀ ਤੇ ਹੱਥ ਮਾਰ ਕੇ ਆਖਿਆ ਬਾਬਾ ਸਰਦਾਰ ਮੈਂ ਆਖਿਆ ਸੀ ਨਾ ਵੀ ਮੈਂ ਕਦੇ ਕਿਸੇ ਦਾ ਪਰ ਨੂੰ ਨਿਬਰੇ ਨਹੀਂ ਚੜ੍ਹ ਦਿੱਤਾ ਮੈਨੂੰ ਅੱਜ ਪਤਾ ਲੱਗਾ ਭਈ ਅੰਮ੍ਰਿਤ ਛਕ ਕੇ ਵੀ ਸਿੰਘ ਝੂਠ ਬੋਲ ਸਕਦਾ ਤੂੰ ਤੇ ਕਹਿੰਦਾ ਸੀ ਅੰਮ੍ਰਿਤ ਸਰੋਂ ਲਾਲੀ ਦੇ ਝੱਲੇ ਪੁੱਟ ਕੇ ਤੇ ਫਿਰ ਸ਼ਹੀਦੀ ਛਪਾਉਣੀ ਹੈ ਅਰੇ ਤੇਰੇ ਗੁਰੂ ਦਾ ਮੰਦਰ ਇੱਥੋਂ 5 ਮੀਲਾਂ ਤੱਕ ਪਰ 10 ਕਿਲੋਮੀਟਰ ਦੇ ਕਰੀਬ ਪੈਣਾ ਹੋਵੇਗਾ ਰਾਹ ਵੀ ਤੇਰਾ ਲਾ ਕੇ ਬਹਿ ਇੱਕ ਸਰਪਾਲ ਪਿੰਡ ਦਾ ਸਟਾਰ ਲੱਥਾ ਸਿੰਘ ਇਹ ਗੱਲ ਹੋਣੀ ਦੀ ਸੁਣ ਲੈ ਉਹਨੇ ਜਦੋਂ ਹੋਣੀ ਦੀ ਬੋਲੀ ਸੁਣੀ ਤੇ ਬਾਬਾ ਲੱਥਾ ਸਿੰਘ ਇਹਦਾ ਨੀ ਹੋਣੀ ਇਹਦਾ ਅਜੇ ਵੀ ਮਿਲ ਗਿਆ ਤੇ ਫੇਰ ਮਨ ਲੱਗ ਪਊ ਤਵਾਰੀ ਕਹਿੰਦੇ ਆ ਕਿ ਲੜਾਈ ਦਾ ਨਾਂ ਸੁਣ ਕੇ ਯੋਧਿਆਂ ਨੂੰ ਚਾਹ ਕਰ ਬਾਬਾ ਦੀਪ ਸਿੰਘ ਸਾਹਿਬ ਹੋਰਾਂ ਦੇ ਸਰੀਰ ਨੇ ਕੀਤੀ ਹਰਕਤ ਖੱਬੀ ਤਲੀ ਉੱਤੇ ਰੱਖਿਆ ਉਹਨਾਂ ਨੇ ਆਪਣਾ ਸੀਸ ਨਿਕਾਰੇ ਦੀ ਬਾਤ ਕੀਤੀ ਕਿ ਕਾਫੀ ਤਰ੍ਹਾਂ ਨਾਲ ਆ ਜਾਵੇ ਸਾਡੀ ਪ੍ਰਬੰਧਕ
ਆਪਣੇ ਕੋਲੋਂ ਕੁਝ ਨਹੀਂ ਕਰ ਸਕਦੇ। ਸੰਗਤ ਸਾਫ ਨਾ, ਸੰਗਤ ਸਾਫ ਹੋਵੇ ਤੇ ਫਿਰ ਸਾਰਾ ਕੁਝ ਚੰਗਾ ਲੱਗਦਾ ਹੈ। ਇਹ ਕਹੀ ਤੇ ਆਪਣੀ ਸ਼ਾਨਤ ਨੂੰ ਕਰਦੇ ਮੰਦਰ ਤਾਂ ਹੀ ਚੰਗੇ ਲੱਗਦੇ ਨੇ। ਤੁਸੀਂ ਆਓ, ਵੱਧ ਤੋਂ ਵੱਧ ਅਸੀਂ ਆਦਰੀ ਗੁਰੂ ਦੇ ਚਰਨਾਂ 'ਚ ਪਾਈਏ। ਇਹੋ ਜਿਹੇ ਮੁਲਕਾਂ ਵਿੱਚ ਜੇ ਸਾਨੂੰ ਸਰਕਾਰੀ ਮਿਲੀ ਹੈ ਤੇ ਸਾਡੇ ਇਤਿਹਾਸ ਕਰਕੇ, ਸਾਡੀਆਂ ਕੁਰਬਾਨੀਆਂ ਕਰਕੇ, ਸਾਡੇ ਗੁਰੂ ਸਾਹਿਬਾਨਾਂ ਦੀ ਭਗਤੀ ਸਿਮਰਨ ਕਰਕੇ, ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਸਾਰੀ ਦੀ ਸਾਰੀ ਬਦੌਲਤ ਹੈ। ਸੋ ਵੱਧ ਤੋਂ ਵੱਧ ਜਦੋਂ ਵੀ ਸਮਾਂ ਮਿਲੇ ਅਸੀਂ ਗੁਰੂ ਦੇ ਚਰਨਾਂ 'ਚ ਹਾਜ਼ਰੀ ਭਰ ਕੇ ਗੁਰੂ ਦੇ ਘਰ ਵਿੱਚ ਤੁਸੀਂ ਲੈ ਕੇ ਆਓ, ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਸਾਡੇ ਵੀਰਾਂ ਵੱਲੋਂ ਇਤਿਹਾਸ ਦੇ ਸਤਿਕਾਰ ਵੱਲ ਬਹੁਤ ਸਾਰਾ ਪਿਆਰ ਭੇਜਿਆ ਗਿਆ। ਸਤਿਗੁਰੂ ਜੀ ਆਪਣੇ ਦਰੋਂ ਬਹੁਤ ਖੁਸ਼ੀਆਂ ਕਰੇ, ਚੜ੍ਹਦੀ ਕਲਾ ਤੰਦਰੁਸਤੀ ਦੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਦਾਰਾ ਹੀ ਸੰਗਤ ਦੀ ਧੂੜੀ ਭਰਨ। ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਵਾਹ ਮਰਦੋ ਹੱਥ ਮਤਾ ਕੀ ਸੈਂਟਰ ਵਾਲਾ ਮੱਥਾ ਲਾ ਕੇ ਮਰ ਕੇ ਕੋਈ ਮਲ ਗਈ ਦੁਨੀਆ ਕਰਿਆ
ਕਿਰਨ ਬਣ ਕੇ ਭਰਮ ਜਨਮ ਦੇ ਸੀਨੇ ਵਿੱਚ ਲਾ ਦਿੰਦਾ। ਕਿਧਰੇ ਆਏ ਭੁਚਾਲਾਂ ਨੂੰ ਸ਼ਾਂਤ ਕਰਦਾ, ਕਿਧਰੇ ਗਏ ਭੁਚਾਲ ਲਿਆ ਦਿੰਦਾ। ਇਹ ਖੂਨ ਮਨੁੱਖਤਾ ਲਈ ਕੀਤਾ, ਕੌਮਾਂ ਮੁਰਦਿਆਂ ਨੂੰ ਜਾਨਾਂ ਪਾ ਮੇਰਾ ਕਹਿਣ ਨਹੀਂ ਕਰਨ ਵੀ ਜਾਣਦੇ ਹਨ। ਫਲਾਂ ਖੋਜੀਆਂ ਖਾਲਸੇ ਮਾਰਦੇ ਨਹੀਂ, ਪੁੱਤਰ ਦਸਮ ਦੇ ਵੀਰ ਹਾਂ ਦੀਪ ਸਿੰਘ ਦੇ ਲੱਥੇ ਸੀਸਤਾ ਵੀ ਤੈਨੂੰ ਹਾਰਦੇ ਨਹੀਂ। ਰੂਹ ਏ ਤੰਦਰ ਟੁਕੜੇ ਹੋ ਭਾਵੇ, ਕਣੀ ਇੱਕ ਵੀ ਹੀਰੇ ਦੀ ਦਮਕਦੀ ਰਹੂ। ਜਦ ਤੱਕ ਚੰਨ ਸੂਰਜ ਦੋਵੇਂ ਕਾਇਮ ਸੀ, ਤਦ ਸ਼ਾਨ ਖਾਲਸੇ ਦੀ ਸਦਾ ਹੀ ਚਮਕਦੀ ਰਹੂ, ਸ਼ਾਨ ਖਾਲਸੇ ਦੀ ਸਦਾ ਚਮਕਦੀ ਰਹੂ। ਉਹ ਬਰਬਾਦ ਹੋ ਸਮਾਂ ਗੁਜ਼ਰ ਗਿਆ ਸੀ, ਉਹ ਬਰਬਾਦ ਹੋ ਸੀ, ਉਹ ਆਬਾਦ ਹੋ ਸੀ। ਸੂਰਜ ਸਦਾ ਕੁਰਬਾਨੀ ਦਾ ਚਮਕਦਾ ਰਹੂ, ਤੇ ਦਿਲਾਂ ਵਿੱਚ ਸ਼ਹੀਦਾਂ ਦੀ ਯਾਦ ਹੋ ਸੀ, ਦਿਲਾਂ ਵਿੱਚ ਸ਼ਹੀਦਾਂ ਦੀ ਯਾਦ ਹੋ ਸੀ। ਜਦੋਂ ਤੱਕ ਪਰਮੇਸ਼ਰ ਦੀ ਬਣਾਈ ਹੋਈ ਸ਼ਹੀਦੀ ਦਾ ਚੱਕਰ ਚੱਲੇਗਾ, ਖਾਲਸਾ ਪੰਥ ਆਪਣੇ ਇਤਿਹਾਸ ਨੂੰ ਦੁਹਰਾਉਂਦਾ ਹੋਵੇਗਾ, ਆਪਣੀਆਂ ਕੁਰਬਾਨੀਆਂ ਨੂੰ ਦੁਹਰਾਉਂਦਾ ਹੋਵੇਗਾ, ਆਪਣੇ ਇਤਿਹਾਸ ਨੂੰ ਦੁਹਰਾ ਕੇ ਆਪਣੀ ਜਨਰੇਸ਼ਨ ਨੂੰ ਦੱਸਦਾ ਹੋਵੇਗਾ ਕਿ ਸਾਡੇ ਵੱਡਿਆਂ ਨੇ ਆਪਾਂ ਹੀ ਤੇ ਸਾਨੂੰ ਸਵੈ ਮਾਨਤਾ ਦਾ ਅਣਖੀ ਇਨਕਲਾਬੀ ਜੀਵਨ ਲੈ ਕੇ। ਸਾਨੂੰ ਬੜੀ ਖੁਸ਼ੀ ਹੈ ਕਿ ਹਰੇਕ ਗੁਰੂ ਘਰ ਵਿੱਚ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਵੇ। ਇਹ ਲਈ ਬਹੁਤ ਹੀ ਸ਼ਲਾਘਾ ਜ਼ਰੂਰ ਕਰਨਾ ਚਾਹੁੰਦੇ, ਕਿਉਂਕਿ ਅਸੀਂ ਬਹੁਤ ਕੁਝ ਬਾਹਰਲੇ ਸਕੂਲਾਂ ਤੋਂ ਪ੍ਰਾਪਤ ਕਰ ਸਕਦੇ ਹਾਂ ਵਿਦੇਸ਼ਾਂ ਵਿੱਚ, ਜੇਕਰ ਗੁਰਮੁਖੀ ਲਿਪੀ ਬਾਰੇ ਜਾਣਕਾਰੀ ਦੇਣੀ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਔਰ ਇਹ ਰਵਾਇਤ ਬਹੁਤ ਕਦੀਮ ਤੋਂ ਹੀ ਹੈ, 47 ਤੋਂ ਪਹਿਲਾਂ ਸਕੂਲ ਹਿੰਦੁਸਤਾਨ ਪਾਕਿਸਤਾਨ ਵਿੱਚ ਬਣਿਆ ਨਹੀਂ ਸਨ ਹੁੰਦੇ। ਗੁਰਦੁਆਰਿਆਂ ਦੇ ਭਾਈ ਕਿੰਨੇ ਹੁੰਦੇ ਸਨ? ਗ੍ਰੰਥੀ ਸਿੰਘ ਸਾਹਿਬਾਨ ਗੁਰੂ ਘਰਾਂ ਵਿੱਚ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਹੁੰਦੇ ਸਨ। ਗੁਰੂ ਘਰਾਂ ਵਿੱਚ ਕੰਧਾਂ 'ਤੇ ਦੇਖ ਕੇ ਉਹਨਾਂ ਬੱਚਿਆਂ ਨੂੰ ਸਮਝਾਉਣਾ, ਤਦੇ ਕੋਚਾ ਫਿਰ ਕੇ ਉਹਨਾਂ ਦੇ ਬੱਚਿਆਂ ਨੂੰ ਗੁਰਮੁਖੀ ਲਿਖਣ ਦੀ ਜਾਚ ਦੱਸਣੀ। ਸੋ ਇਹੋ ਪਰੰਪਰਾ ਤੁਸੀਂ ਬਾਕਵਾਲ ਗੁਰੂ ਘਰਾਂ ਵਿੱਚ ਰੱਖੀ ਹੈ। ਸਤਿਗੁਰੂ ਦੀ ਕਿਰਪਾ ਕਰਨ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ, ਆਪਣੇ ਇਤਿਹਾਸ ਤੋਂ ਜਾਣੂ ਕਰਵਾਈਏ। ਅਗਲਾ ਜੋ ਧਾਰਮਿਕ ਵਿਸ਼ੇ ਪ੍ਰਚਾਰ ਸਟੇਜਾਂ ਤੇ ਦੱਸਦੇ, ਕਿਸੇ ਸਕੂਲ ਵਿੱਚ ਨਹੀਂ ਪੜ੍ਹਾਈਆਂ ਜਾਂਦੀਆਂ, ਕਿਸੇ ਯੂਨੀਵਰਸਿਟੀ ਵਿੱਚ, ਕਿਸੇ ਕਾਲਜ ਵਿੱਚ, ਕਿਤੇ ਨਹੀਂ ਪੜ੍ਹਾਈਆਂ ਜਾਂਦੀਆਂ। ਇਹ ਕੇਵਲ ਸੀਨਾ ਪਸੀਨਾ ਧਾਰਮਿਕ ਸਨਮਾਨ, ਈਸ਼ਾ ਸਨਮਾਨ, ਪ੍ਰਚਾਰਕ ਸਨਮਾਨ, ਰਾਜੀ ਸਿੰਘ ਸਨਮਾਨ ਔਰ ਗ੍ਰੰਥੀ ਸਿੰਘ ਸਨਮਾਨ ਵੀ ਸਾਡੇ ਬੱਚਿਆਂ ਨੂੰ ਦੱਸਦੇ ਨੇ। ਸੋ ਬੜਾ ਵੱਡਾ ਹੋਰ ਜ਼ਮੀਨ ਤੋਂ ਇਸ ਸਰਪਤਾ ਦਾ ਰੋਲ ਰਿਹਾ। ਮੈਂ ਸਤਿਗੁਰੂ ਜੀ ਦੇ ਚਰਨਾਂ ਦੀ ਬੇਨਤੀ ਕਰਦਾ ਹਾਂ, ਅਸੀਂ ਤੁਹਾਡੀਆਂ ਆਸਾਂ ਤੇ ਖਰਾ ਉਤਰਨ ਦਾ ਯਤਨ ਕਰ ਸਕੀਏ। ਤੁਸੀਂ ਸਾਡਾ ਮਾਨ ਸਨਮਾਨ ਕਰ ਰਹੇ ਹੋ, ਸਤਿਗੁਰੂ ਜੀ ਸਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਕਰਨੀ ਚਲਾ ਪਿਆ ਥਾਂ ਪਹੁੰਚਣ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੇ ਸੁਰਕੇ ਪ੍ਰਬੰਧਕ ਜਨ ਸਾਹਿਬ ਇੰਦਰਜੀਤ ਸਿੰਘ, ਉਹਨਾਂ ਦੀ ਸਮੁੱਚੀ ਟੀਮ, ਸਾਰੇ ਪ੍ਰਬੰਧਕਾਂ ਦਾ ਧੰਨਵਾਦ। ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬਾਨ, ਪਹਿਲੀ ਇਹ ਸੇਵਾਦਾਰ ਰਾਜੀ ਸਿੰਘ ਸਾਹਿਬਾਨ ਦਾ ਧੰਨਵਾਦ, ਤੇ ਕੋਟਾ ਕੋਟਾ ਧੰਨਵਾਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਜਦੋਂ ਫਿਰ ਸਤਿਗੁਰੂ ਕਿਰਪਾ ਕਰਨਗੇ, ਤੁਹਾਡੇ ਚਰਨਾਂ 'ਚ ਹਾਜ਼ਰ ਹੋ ਕੇ ਗੁਰੂ ਘਰ ਖਾਸ ਇਸ ਸਾਂਝਾ ਕਰਾਂਗੇ। ਸਾਡੇ ਸਤਿਕਾਰਯੋਗ ਵੀਰ ਦੀ ਸਲਾਹ ਗੁਰੂ ਸੇਵਕ ਸਿੰਘ ਸਾਹਨੇਵਾਲ ਤੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਹੋਰਾਂ ਦੇ ਇਤਿਹਾਸ ਨੂੰ ਨਮਸਕਾਰ ਕਰਦੇ ਹਾਂ। ਬਹੁਤ ਸਾਰਾ ਵਿਸ਼ੇਸ਼ ਪਿਆਰ ਸਾਡੇ ਜੱਥੇ ਨੂੰ ਭੇਜਦੇ ਨੇ, ਮੈਂ ਉਹਨਾਂ ਦੇ ਹਾਰਦਿਕ ਸਨੇਹ ਦਾ ਧੰਨਵਾਦ ਕਰਦਾ ਹਾਂ। ਹੋਰ ਵੀ ਸੰਗਤਾਂ ਵੱਲੋਂ ਇਤਿਹਾਸ ਦੇ ਸਤਿਕਾਰ ਵੱਲ ਪਿਆਰ ਪਾਇਆ, ਜ਼ਰੂਰ ਵੀ ਰਹਿਣ ਸਕਦਾ। ਆਓ ਅਗਲਾ ਪ੍ਰੋਗਰਾਮ ਸਤਿਕਾਰ ਨੂੰ ਸਾਡੇ ਛੋਟੇ ਕੀਰਤੀ ਬਾਰੇ ਨਾਲ ਸਾਂਝਾ ਕਰਕੇ ਸਾਨੂੰ ਇਜਾਜ਼ਤ ਬਖਸ਼ੋ। ਤੁਹਾਨੂੰ ਲੱਖ ਰੁਪਇਆ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।